ਬਾਟ ਨ ਕਰੀ ਮਾਮਲਾ ਜਾਣੇ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ ਹਾਣ ਲਬ ਨ ਚੱਲੀ ਸੱਚ ਰਹੇ ਸੋ ਇਸ਼ਟ ਪਰਵਾਨ ਸਰ ਸੰਦੇ ਆਗਾਸ ਕੋ ਕਿਉਂ ਪਹੁੰਚੇ ਬਾਣ ਅਗੇ ਗਮ ਹੈ ਵਾਹੇ ਦੜ ਜਾਣ ਵਾਹੇ ਦੜ ਜਾਣ ਰੋਗ ਦਾਰੂ ਦੋਵੇਂ ਬੁਝੇ ਰੋਗ ਦਾਰੂ ਦੋਵੇਂ ਬੁਝੇ ਤਾਂ ਵੈਦ ਸੁਰਾਣ ਤਪਾ ਵਾਹਿਗੁਰੂ ਸਾਹਿਬ ਜੀਓ ਮਹੱਲਾ ਦੂਜਾ ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ ਰੋਗ ਦਾਰੂ ਦੋਵੇਂ ਬੁਝੈ ਤਾਂ ਵੈਦ ਸੁਜਾਣ ਵਾਟ ਨਾ ਕਰੇ ਮਾਮਲਾ ਜਾਣੈ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ ਲਬ ਨਾ ਚੱਲੇ ਸੱਚ ਰਹੇ ਸੋ ਵਿਸ਼ਟ ਪਰਵਾਨ ਸਰ ਸੰਧੇ ਆਘਾਸ ਕੋ ਕਿਉਂ ਪਹੁੰਚੈ ਬਾਣ ਅੱਗੇ ਉਹ ਅਗੰਮ ਹੈ ਵਾਹੇ ਦੜ ਜਾਣ ਸਰ ਸੰਧੇ ਆਗਾਸ ਕੋ ਕਿਉਂ ਪਹੁੰਚੈ ਬਾਣ ਅੱਗੇ ਉਹ ਅਗੰਮ ਹੈ ਵਾਹਿਦੜ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ। ਸਤਿਗੁਰੂ ਗਰੀਬ ਨਵਾਜ਼ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਅੱਜ ਜੋ ਆਪ ਜੀ ਨੇ ਸਲੋਕ ਸਰਵਨ ਕੀਤਾ ਹੈ, ਦੂਸਰੇ ਗੁਰਦੇਵ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖਾਰਬਿੰਦ ਤੋਂ ਇਹ ਬਾਣੀ ਉਚਾਰਨ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 148 ਉੱਪਰ ਮਾਝ ਕੀ ਵਾਰ ਅੰਦਰ ਇਹ ਸ਼ਬਦ ਸੁਭਾਏਮਾਨ ਹੈ। ਕੱਲ ਆਪਾਂ ਇਸ ਸ਼ਬਦ ਦੇ ਅੰਦਰ ਪਹਿਲੀਆਂ ਦੋ ਪੰਕਤੀਆਂ ਦਾ ਆਪਾਂ ਵਿਚਾਰ ਕੀਤੀ ਸੀ, ਜਿਹਦੇ ਅੰਦਰ ਹਜ਼ੂਰ ਨੇ ਇੱਕ ਗਿਆਨਵਾਨ ਮਨੁੱਖ ਨੂੰ ਉਪਦੇਸ਼ ਦਿੱਤਾ ਕਿ ਤੂੰ ਆਪਣੇ ਆਪੇ ਨੂੰ ਪਰਖਣ ਦਾ ਯਤਨ ਕਰ, ਆਪਣੇ ਆਪ ਨੂੰ ਦੇਖਣ ਦਾ ਯਤਨ ਕਰ। ਜਦੋਂ ਉਸ ਆਪੇ ਨੂੰ ਗੁਰੂ ਕੇ ਸ਼ਬਦ ਦੀ ਕਸਵੱਟੀ 'ਤੇ ਲਾ ਕੇ ਕੋਈ ਵੀ ਮਨੁੱਖ ਆਪਣੇ ਆਪੇ ਨੂੰ ਦੇਖਦਾ ਤਾਂ ਸਾਡੇ ਅੰਦਰ ਜਿਹੜੀਆਂ ਪੁਰਾਣੇ ਜਨਮਾਂ ਦੀਆਂ ਪੁਰਾਣੇ ਸਮੇਂ ਦੇ ਸੰਸਕਾਰ ਨੇ, ਪੁਰਾਣਾ ਸਾਡਾ ਸੁਭਾਵ ਹੈ, ਨਾਮ ਉਸ ਨੂੰ ਸ਼ਬਦ ਉਹਨੂੰ ਅੰਦਰੋਂ ਸਾਫ਼ ਕਰਦਾ, ਸਾਡੇ ਮਨ ਨੂੰ ਅੰਦਰੋਂ ਧੋਂਦਾ ਹੈ, ਪੁਰਾਣੇ ਸੰਸਕਾਰ ਅੰਦਰੋਂ ਧੋ ਕੇ ਬਾਹਰ ਕੱਢ ਦਿੰਦਾ ਹੈ। ਫਿਰ ਜਦੋਂ ਅੰਦਰ ਸ਼ੁੱਧ ਹੋ ਜਾਏ ਤਾਂ ਇੱਕ ਅੰਦਰ ਨਾਮ ਦੀ ਆਵਾਜ਼ ਹਰ ਇੱਕ ਸਰੀਰ ਵਿੱਚ ਪਰਮਾਤਮਾ ਨੇ ਪਾਈ ਹੈ, ਉਹ ਆਪਣੇ ਆਪ ਹਰ ਇੱਕ ਮਨੁੱਖ ਦੇ ਸਰੀਰ ਵਿੱਚ ਨਿਵਾਸ ਰੱਖਦੀ ਹੈ। ਜਦੋਂ ਉਹਦੇ ਤੱਕ ਮਨੁੱਖ ਦੀ ਸੁਰਤ ਦੀ ਪਹੁੰਚ ਹੋ ਜਾਏ ਤਾਂ ਫਿਰ ਉੱਥੇ ਸੁਣਨ ਵਾਲਾ ਨਹੀਂ ਰਹਿੰਦਾ, ਸੁਣਨ ਵਾਲਾ ਉਸ ਆਵਾਜ਼ ਵਿੱਚ, ਉਸ ਸ਼ਬਦ ਵਿੱਚ, ਉਸ ਧੁਨੀ ਦੇ ਅੰਦਰ ਆਪਣੇ ਆਪੇ ਨੂੰ ਲੀਨ ਕਰ ਲੈਂਦਾ, ਉਹਦੇ ਅੰਦਰ ਜੁੜ ਜਾਂਦਾ ਹੈ। ਫਿਰ ਸਤਿਗੁਰੂ ਨੇ ਹੋਰ ਕੁਝ ਗੱਲਾਂ ਕਹੀਆਂ ਕਿ ਉਸ ਅੰਦਰ ਦੇ ਸੱਚ ਤੱਕ ਪਹੁੰਚਣ ਵਾਸਤੇ ਕਿਵੇਂ ਦੀ ਧਾਰਮਿਕ ਪੁਰਸ਼ ਦੀ ਤਬੀਅਤ ਹੋਣੀ ਚਾਹੀਦੀ। ਇਸ ਕਰਕੇ ਸਤਿਗੁਰਾਂ ਨੇ ਕਿਹਾ ਕਿ ਗੁਰੂ ਤੋਂ ਬਿਨਾਂ ਧਰਮ ਦਾ ਮਾਰਗ ਤੈਅ ਨਹੀਂ ਹੁੰਦਾ, ਕਿਉਂਕਿ ਗੁਰੂ ਦੂਸਰਾ ਹੈ, ਉਹ ਸਿੱਖ ਦੇ ਜੀਵਨ ਨੂੰ ਵੇਖ ਕੇ ਦੱਸਦਾ ਹੈ ਕਿ ਤੇਰੇ ਜੀਵਨ ਵਿੱਚ ਕਿੱਥੇ ਕਿੱਥੇ ਕਮੀ ਹੈ। ਜਿੰਨਾ ਚਿਰ ਆਪਣੇ ਅੰਤਰਮੁਖੀ ਆਪਣੇ ਆਪੇ ਦੀ ਖੋਜ ਨਹੀਂ ਕਰਦਾ, ਇਹਦਾ ਕੁਨੈਕਸ਼ਨ ਜਿਹੜਾ ਹੈ, ਇਹਦਾ ਸੰਬੰਧ ਜਿਹੜਾ ਹੈ ਗੁਰੂ ਨਾਲ, ਸ਼ਬਦ ਨਾਲ, ਪਰਮਾਤਮਾ ਨਾਲ ਨਹੀਂ ਹੋ ਸਕਦਾ।
ਸਭ ਤੋਂ ਪਹਿਲੀ ਪੌੜੀ ਹੈ ਆਪਣੇ ਆਪ ਨੂੰ ਖੋਜਣਾ, ਆਪਣੇ ਆਪ ਨੂੰ ਵੇਖਣਾ। ਤੇ ਆਪਣੇ ਆਪ ਨੂੰ ਖੋਜਿਆ ਜਾ ਸਕਦਾ, ਆਪਣਾ ਆਪਾ ਹੈ ਸ਼ਬਦ, ਸਾਡਾ ਆਪਣਾ ਆਪ ਕੀ ਹੈ? ਨਾ ਇਹ ਸਰੀਰ ਹੈ, ਨਾ ਇਹ ਹੱਥ ਸਾਡਾ ਆਪਣਾ ਆਪ ਹੈ, ਨਾ ਪੈਰ ਸਾਡਾ ਆਪਣਾ ਆਪ ਹੈ। ਸਾਡਾ ਆਪਣਾ ਆਪ ਹੈ ਸਾਡੇ ਅੰਦਰ ਉੱਠਦੇ ਹੋਏ ਸ਼ਬਦ, ਸੰਕਲਪ ਜਿਹੜੇ, ਜਿਹਨੂੰ ਗੁਰੂ ਸਾਹਿਬ ਨੇ ਮਨ ਕਿਹਾ। ਤਾਂ ਸਤਿਗੁਰਾਂ ਨੇ ਬਚਨ ਕੀਤਾ ਬਾਣੀ ਵਿੱਚ, ਕਹਿਣ ਲੱਗੇ ਇਸ ਮਨ ਕੋ ਕੋਈ ਖੋਜੋ ਭਾਈ, ਆਪਣੇ ਮਨ ਦੀ ਖੋਜ ਕਰੋ। ਇਹ ਕਿੱਥੋਂ ਪੈਦਾ ਹੁੰਦਾ ਹੈ, ਇਹਦਾ ਸਵਰੂਪ ਕੀ ਹੈ, ਇਹ ਕੰਮ ਕਿਵੇਂ ਕਰਦਾ, ਇਹ ਕਿਹੜੀ ਥਾਂ 'ਤੇ ਰਹਿੰਦਾ, ਇਹਦੀ ਖੋਜ ਕਰੋ। ਤਾਂ ਸਭ ਤੋਂ ਪਹਿਲਾ ਕੰਮ ਹੈ ਧਰਮ ਦੇ ਮਾਰਗ 'ਤੇ ਮਨ ਦੀ ਖੋਜ ਕਰਨੀ। ਸਤਿਗੁਰੂ ਨੇ ਬਾਣੀ ਵਿੱਚ, ਭਗਤ ਜੀ ਨੇ ਹੋਰ ਬਚਨ ਕੀਤੇ, ਕਹਿਣ ਲੱਗੇ ਆਪਣੇ ਆਪ ਦੀ ਖੋਜ ਕਰ। ਬੰਦੇ ਖੋਜ ਦਿਲ ਹਰ ਰੋਜ਼, ਇੱਕ ਦਿਨ ਨਹੀਂ, ਹਰ ਰੋਜ਼ ਤੂੰ ਆਪਣੇ ਦਿਲ ਨੂੰ ਖੋਜਣਾ, ਆਪਣੇ ਜੀਵਨ ਨੂੰ, ਆਪਣੇ ਮਨ ਦੀ ਖੋਜ ਕਰਨੀ ਹੈ। ਬੰਦੇ ਖੋਜ ਦਿਲ ਹਰ ਰੋਜ਼, ਫਿਰ ਨਾ ਪਰੇਸ਼ਾਨੀ ਮਾਹੇ। ਇਹ ਜਿਹੜੀ ਪਰੇਸ਼ਾਨੀ ਹੈ, ਇਹ ਜਿਹੜਾ ਦੁੱਖ ਹੈ ਸੰਸਾਰ ਵਿੱਚ, ਜਿਹਦੇ ਤੋਂ ਹਰ ਇੱਕ ਬੰਦਾ ਪੀੜਿਤ ਹੈ, ਸਾਰੇ ਪ੍ਰਬੰਧ ਕਰ ਲਏ, ਸਭ ਕੁਝ ਕੋਲ ਹੋ ਗਿਆ, ਜਿਹੜੀਆਂ ਖੁਆਇਸ਼ਾਂ ਸਨ 90% ਲੋਕਾਂ ਦੀਆਂ ਤਾਂ ਪੂਰੀਆਂ ਹੀ ਨਹੀਂ ਹੁੰਦੀਆਂ, ਕਿਉਂਕਿ ਕੁਦਰਤ ਦਾ ਸੰਵਿਧਾਨ ਹੀ ਨਹੀਂ ਹੈ ਕਿ ਜੋ ਕੁਝ ਆਦਮੀ ਚਾਹੁੰਦਾ ਹੈ ਬਿਲਕੁਲ ਉਸੇ ਤਰ੍ਹਾਂ ਹੋਵੇ, ਕੁਦਰਤ ਇਹਨੂੰ ਨਹੀਂ ਮੰਨਦੀ। ਪਰ ਜਿਹੜੇ 10% ਲੋਕ ਨੇ ਜਿਨ੍ਹਾਂ ਦੀਆਂ ਖੁਆਇਸ਼ਾਂ ਸਾਰੀਆਂ ਪੂਰੀਆਂ ਹੋ ਵੀ ਗਈਆਂ, ਉਹਨਾਂ ਨੂੰ ਧਨ ਚਾਹੀਦਾ ਸੀ, ਧਨ ਮਿਲ ਗਿਆ, ਸਰੀਰਕ ਅਰੋਗਤਾ ਚਾਹੀਦੀ ਸੀ ਉਹ ਮਿਲ ਗਈ, ਪਰਿਵਾਰ ਚਾਹੀਦਾ ਸੀ, ਬੱਚੇ ਆਗਿਆਕਾਰ ਚਾਹੀਦੇ ਸਨ ਉਹ ਵੀ ਮਿਲ ਗਏ, ਸੰਸਾਰ ਵਿੱਚ ਇੱਜ਼ਤ ਚਾਹੀਦੀ ਸੀ ਉਹ ਵੀ ਮਿਲ ਗਈ, ਸੁੰਦਰਤਾ ਚਾਹੀਦੀ ਸੀ ਉਹ ਵੀ ਮਿਲ ਗਈ ਪਰਮਾਤਮਾ ਵੱਲੋਂ। ਤਾਂ ਇਹ ਸਾਰਾ ਕੁਝ ਮਿਲਣ ਤੋਂ ਬਾਅਦ ਵੀ ਜਦੋਂ ਉਹ ਮਨੁੱਖ ਇਹ ਸਭ ਕੁਝ ਪ੍ਰਾਪਤ ਕਰ ਲੈਂਦਾ ਹੈ, ਤਾਂ ਉਹਦੇ ਤੋਂ ਬਾਅਦ ਵੀ ਉਹਦੇ ਜੀਵਨ ਦੇ ਵਿੱਚੋਂ ਪਰੇਸ਼ਾਨੀ ਨਹੀਂ ਜਾਂਦੀ, ਦੁੱਖ ਨਹੀਂ ਜਾਂਦਾ, ਦੁੱਖ ਫਿਰ ਵੀ ਖਤਮ ਨਹੀਂ ਹੋਇਆ। ਤਾਂ ਫਿਰ ਇਹਦਾ ਮਤਲਬ ਕਿ ਜਿਹੜੇ ਸੰਸਾਰ ਦੇ ਪਦਾਰਥ ਨੇ ਇਹ ਜੀਵਨ ਦੀ ਪੂਰਤੀ ਵਾਸਤੇ, ਲੋੜ ਵਾਸਤੇ ਹਨ ਕੇਵਲ, ਇਹ ਸਮੱਸਿਆ ਦਾ ਹੱਲ ਨਹੀਂ ਕਰਦੇ, ਜੀਵਨ ਦਾ ਦੁੱਖ ਨੂੰ ਖਤਮ ਨਹੀਂ ਕਰ ਸਕਦੇ। ਅੱਜ ਦੇ ਮਨੁੱਖ ਦਾ ਸਭ ਤੋਂ ਵੱਡਾ ਸਵਾਲ ਇਹ ਹੈ ਵੀ ਦੁੱਖ ਤੋਂ ਮੁਕਤ ਕਿਵੇਂ ਹੋਵਾਂ, ਜਦਕਿ ਵਿਕਾਸ ਤਾਂ ਬਹੁਤ ਕਰ ਲਿਆ ਸੰਸਾਰ ਨੇ। ਅੱਜ ਤੋਂ 50 ਸਾਲ ਪਹਿਲਾਂ ਜਿਹੜੇ ਸਾਧਨ ਨਹੀਂ ਸਨ, ਅੱਜ ਤੋਂ 100 ਸਾਲ ਪਹਿਲਾਂ ਉਹਨਾਂ ਵਿੱਚ ਭਾਰੀ ਗਿਣਤੀ ਵਿੱਚ ਵਾਧਾ ਹੋਇਆ। ਹਰ ਇੱਕ ਸਾਧਨ ਮਨੁੱਖ ਨੇ ਪੈਦਾ ਕਰ ਲਿਆ, ਬਣਾ ਲਿਆ ਹੈ। ਇੰਨੇ ਸਾਧਨ ਹੋਣ ਦੇ ਬਾਵਜੂਦ ਵੀ ਅੰਦਰ ਦੁੱਖ ਘਟਣ ਦੀ ਬਜਾਏ ਹੋਰ ਵੱਧ ਗਿਆ, ਉਹਦੇ ਵਿੱਚ ਵਾਧਾ ਹੋ ਗਿਆ। ਤਾਂ ਸਤਿਗੁਰੂ ਨੇ ਬਚਨ ਕੀਤੇ ਦੁੱਖ ਦਾ ਕਾਰਨ ਕੀ ਹੈ, ਦੁੱਖ ਕੀ ਹੈ, ਕਿਸ ਨੂੰ ਦੁੱਖ ਕਹਿੰਦੇ ਨੇ, ਇਹ ਪਦਾਰਥਾਂ ਨਾਲ, ਇਹ ਵਸਤੂਆਂ ਨਾਲ, ਇਹ ਚੀਜ਼ਾਂ ਨਾਲ ਮਿਟਣ ਵਾਲਾ ਨਹੀਂ,
ਤੇਰੇ ਦੁੱਖ ਦਾ ਕਾਰਨ ਹੈ ਤੂੰ ਆਪਣੇ ਆਪੇ ਦੀ ਖੋਜ ਨਹੀਂ ਕਰਦਾ। ਤੂੰ ਸਾਰੀ ਦੁਨੀਆ ਦੀ ਖੋਜ ਕਰ ਰਿਹਾ ਪਰ ਆਪਣੇ ਆਪ ਦੀ ਖੋਜ ਨਹੀਂ ਕਰਦਾ। ਤੂੰ ਸਾਰੀ ਦੁਨੀਆ ਦੀ ਵਿਚਾਰ ਕਰ ਰਿਹਾ ਪਰ ਆਪਣੀ ਵਿਚਾਰ ਨਹੀਂ ਕਰਦਾ ਕਿ ਮੈਂ ਜੀਵਨ ਕਿਵੇਂ ਬਿਤਾ ਰਿਹਾ। ਔਰ ਜਿੰਨਾ ਚਿਰ ਆਪਣੇ ਆਪੇ ਦੀ ਵਿਚਾਰ ਮਨੁੱਖ ਨਹੀਂ ਕਰਦਾ ਉਹਨਾਂ ਚਿਰ ਕਬੀਰ ਜੀ ਕਹਿੰਦੇ ਨੇ ਦੁੱਖ ਦੇ ਮਿਟਣ ਦਾ ਕੋਈ ਸਾਧਨ ਨਹੀਂ। ਬੰਦੇ ਖੋਜ ਦਿਲ ਹਰ ਰੋਜ਼, ਹਰ ਰੋਜ਼ ਆਪਣੇ ਮਨ ਦਾ ਵਿਸ਼ਲੇਸ਼ਣ ਕਰ, ਫਿਰ ਨਾ ਪਰੇਸ਼ਾਨੀ ਮਾਹੇ, ਫਿਰ ਤੈਨੂੰ ਪਰੇਸ਼ਾਨੀ ਨਹੀਂ ਹੋਵੇਗੀ। ਸਿੱਧਾ ਰਸਤਾ ਹੈ, ਸਾਫ ਰਸਤਾ, ਉਹਦੇ ਉੱਤੇ ਤੁਰ ਕੇ ਤੂੰ ਸੁੱਖ ਦੀ ਪ੍ਰਾਪਤੀ ਕਰ ਸਕਣਾ। ਤਾਂ ਸਾਹਿਬ ਨੇ ਕਿਹਾ ਤੂੰ ਆਪਣੇ ਆਪ ਨੂੰ ਕਸਵੱਟੀ ਦੇ ਉੱਤੇ ਪਰਖ ਕੇ ਵੇਖ। ਹੁਣ ਕਿਹਦੇ ਨਾਲ ਪਰਖਣਾ, ਤੋਲਣਾ ਕਿਹਦੇ ਨਾਲ ਹੈ ਜੀਵਨ ਨੂੰ? ਨਾਨਕ ਪਰਖੇ ਆਪ ਕੋ। ਪਰਖਣ ਦਾ ਮਤਲਬ ਵਿਸ਼ਲੇਸ਼ਣ ਕਰਨਾ ਵੀ ਹੁੰਦਾ, ਪਰਖਣ ਦਾ ਭਾਵ ਤੋਲਣਾ ਵੀ ਹੈ। ਜਿਵੇਂ ਇੱਕ ਪਾਸੇ ਕੰਡੇ ਦੇ ਉੱਤੇ ਸੌਦਾ ਪਾਇਆ ਜਾਂਦਾ ਹੈ ਇੱਕ ਛਾਬੇ ਵਿੱਚ, ਦੂਸਰੇ ਵਿੱਚ ਉਹਨਾਂ ਵਜ਼ਨ ਰੱਖਿਆ ਜਾਂਦਾ ਹੈ ਕਿ ਇਹਦੇ ਵਿੱਚ ਕਿੰਨਾ ਕੁ ਵਜ਼ਨ ਹੈ। ਆਪਣੇ ਆਪ ਨੂੰ ਤੋਲ ਕੇ ਵੇਖ, ਆਪਣੇ ਆਪ ਨੂੰ ਪਰਖ ਕਿ ਤੇਰੇ ਵਿੱਚ ਕਿੰਨਾ ਕੁ ਵਜ਼ਨ ਹੈ, ਤੇਰੇ ਜੀਵਨ ਵਿੱਚ ਕਿੰਨੇ ਕੁ ਗੁਣ ਨੇ। ਗੁਰੂ ਨਾਨਕ ਸਾਹਿਬ ਜੀ ਨੇ ਆਸਾ ਦੀ ਵਾਰ ਵਿੱਚ ਇੱਕ ਬੜਾ ਸੁੰਦਰ ਸਲੋਕ ਕਿਹਾ। ਉਹ ਕਹਿੰਦੇ ਨੇ ਕਿ ਜੀਵਨ ਦੇ ਅੰਦਰ ਆਪਣੇ ਆਪ ਨੂੰ ਕੋਈ ਨਹੀਂ ਤੋਲਦਾ, ਦੂਜਿਆਂ ਨੂੰ ਸਾਰੇ ਤੋਲਦੇ। ਆਪਣੇ ਆਪ ਨੂੰ ਕੋਈ ਨਹੀਂ ਤੋਲਦਾ, ਉਹਨਾਂ ਨੇ ਸਾਰੇ ਗਿਣ ਦਿੱਤੇ ਇਸ ਸਲੋਕ ਦੇ ਅੰਦਰ। ਇਹਦੇ ਵਿੱਚ ਸਾਰਾ ਵੇਰਵਾ ਦੇ ਦਿੱਤਾ ਜਿਹਦੇ ਅੰਦਰ ਲੱਭ ਲੋਭ ਨਾਲ ਭਰਿਆ ਹੋਇਆ ਜੀਵਨ ਬਿਆਨ ਗੁਰੂ ਸਾਹਿਬ ਨੇ ਕੀਤਾ ਹੈ। ਉਹਦੇ ਅੰਦਰ ਗਿਆਨਵਾਨ ਮਨੁੱਖ ਵੀ ਆਉਂਦੇ ਨੇ, ਪੜ੍ਹੇ ਵੀ ਆਉਂਦੇ ਨੇ, ਧਾਰਮਿਕ ਵੀ ਆਉਂਦੇ ਨੇ, ਮੁਕਤੀ ਮੰਗਣ ਵਾਲੇ ਵੀ ਸਾਰੇ ਆ ਗਏ। ਪਰ ਜਦੋਂ ਉਹਨਾਂ ਨੂੰ ਤੋਲਿਆ, ਸਮਝ ਉਦੋਂ ਆਏਗੀ ਵੀ ਅੰਦਰ ਕੁਝ ਹੈ ਕਿ ਨਹੀਂ। ਬਾਹਰੋਂ ਤਾਂ ਸਾਰਾ ਕੁਝ ਠੀਕ ਠਾਕ ਭਾਸਦਾ ਹੈ ਪਰ ਅੰਦਰ ਗੁਣ ਹੈਣ ਕਿ ਨਹੀਂ, ਇਹ ਤੋਲਣ ਤੋਂ ਪਰਖਣ ਤੋਂ ਬਾਅਦ ਪਤਾ ਲੱਗੇਗਾ। ਕਾਹਦੇ ਨਾਲ ਤੋਲਣਾ ਜੀਵਨ ਨੂੰ, ਸਾਡੇ ਅੰਦਰ ਕੁਝ ਹੈ ਕਿ ਨਹੀਂ, ਸਾਡੇ ਵਿੱਚ ਉਹ ਵਜ਼ਨ ਹੈ ਕਿ ਨਹੀਂ ਜਿਹੜਾ ਗੁਰੂ ਸਾਹਿਬ ਨੇ ਦੱਸਿਆ। ਤਾਂ ਸਾਹਿਬ ਨੇ ਕਿਹਾ ਜਦੋਂ ਅੱਗੇ ਜਾਏਗਾ ਮਨੁੱਖ ਉਸ ਥਾਂ 'ਤੇ ਇਹਨੂੰ ਨਾਪਿਆ ਜਾਏਗਾ, ਉਸ ਥਾਂ 'ਤੇ ਤੋਲਿਆ ਜਾਏਗਾ, ਉਸ ਥਾਂ 'ਤੇ ਵੇਖਿਆ ਜਾਏਗਾ ਕਿ ਇਹਦੇ ਅੰਦਰ ਕਿੰਨਾ ਕੁ ਵਜ਼ਨ ਹੈ, ਕਿੰਨਾ ਕੁ ਇਹਦੇ ਵਿੱਚ ਭਾਰ ਹੈ। ਤਾਂ ਕਸਵੱਟੀ ਹੈ ਗੁਰਬਾਣੀ, ਗੁਰਸ਼ਬਦ, ਗੁਰਸ਼ਬਦ ਦੀ ਵਿਚਾਰ। ਗੁਰਸ਼ਬਦ ਦੀ ਵਿਚਾਰ ਨੂੰ ਜਿਉਂ ਜਿਉਂ ਆਪਣੇ ਜੀਵਨ ਦੇ ਨਾਲ ਜੋੜ ਕੇ ਵੇਖਾਂਗੇ, ਆਪਣੇ ਆਪੇ ਨੂੰ ਸ਼ਬਦ ਦੇ ਸਾਹਮਣੇ ਕਰਾਂਗੇ, ਤਾਂ ਉਹ ਸਾਨੂੰ ਦੱਸ ਦਏਗਾ ਤੇਰੇ ਜੀਵਨ ਵਿੱਚ ਕਿੱਥੇ ਕੁ ਕਾਲਖ ਹੈ, ਕਿੱਥੇ ਕੁ ਧੱਬੇ ਨੇ, ਕਿੰਨੀ ਕੁ ਸੁੰਦਰਤਾ ਹੈ, ਕਿੰਨੀ ਕੁ ਕਰੂਪਤਾ ਹੈ। ਤਾਂ ਇੱਕ ਤਰ੍ਹਾਂ ਨਾਲ ਗੁਰੂ ਕਾ ਸ਼ਬਦ ਜਿਹੜਾ ਹੈ, ਗੁਰਬਾਣੀ ਜਿਹੜੀ ਹੈ, ਸ਼ੀਸ਼ਾ ਹੈ ਉਹ, ਉਹਦੇ ਰਾਹੀਂ ਆਪਣੇ ਆਪ ਨੂੰ ਪਰਖਿਆ ਜਾਏਗਾ। ਜਿਵੇਂ ਕੋਈ ਮਨੁੱਖ ਆਪਣੇ ਚਿਹਰੇ ਨੂੰ ਪਰਖਣ ਵਾਸਤੇ, ਸਵਾਰਨ ਵਾਸਤੇ ਕਿਸੇ ਸ਼ੀਸ਼ੇ 'ਤੇ ਸਾਹਮਣੇ ਉਹਦੇ ਖੜਾ ਹੋ ਜਾਂਦਾ ਹੈ ਅਤੇ ਫਿਰ ਉਹਦੇ ਵੱਲੋਂ ਵੇਖ ਕੇ ਆਪਣੇ ਚਿਹਰੇ ਨੂੰ ਸਵਾਰਦਾ ਹੈ। ਪਰਖਣ ਦਾ ਮਤਲਬ ਇਹ ਹੈ ਕਿ ਗੁਰੂ ਕਾ ਸ਼ਬਦ ਸਤਿਗੁਰੂ ਸ਼ੀਸ਼ਾ ਹੈ। ਹੁਣ ਹਿੰਮਤ ਇਹਦੇ ਅੱਗੇ ਤੂੰ ਕਰਨੀ ਹੈ ਕਿ ਤੂੰ ਸ਼ੀਸ਼ੇ ਦੇ ਸਾਹਮਣੇ ਖੜਾ ਹੋ ਜਾ, ਗੁਰੂ ਦੇ ਸਾਹਮਣੇ ਆ ਜਾ। ਤਾਂ ਗੁਰੂ ਦੇ ਸਾਹਮਣੇ ਆਏਗਾ ਅਤੇ ਤੈਨੂੰ ਆਪਣਾ ਆਪਾ ਦਿਸਣਾ ਸ਼ੁਰੂ ਹੋ ਜਾਏਗਾ ਕਿ ਮੈਂ ਕਿਵੇਂ ਦਾ ਹਾਂ, ਮੈਂ ਕੌਣ ਹਾਂ, ਮੇਰਾ ਮਨ ਕਿਵੇਂ ਦਾ ਹੈ।
ਇਸ ਲਈ ਗੁਰੂ ਨੂੰ ਸ਼ੀਸ਼ਾ ਕਿਹਾ ਗਿਆ, ਗੁਰੂ ਕੇ ਸ਼ਬਦ ਨੂੰ ਸ਼ੀਸ਼ਾ ਕਿਹਾ ਗਿਆ। ਉਹਦੇ ਸਾਹਮਣੇ ਹਿੰਮਤ ਕਰਕੇ ਖੜੇ ਹੋ ਜਾਣਾ। ਜਦੋਂ ਉਹਦੇ ਸਾਹਮਣੇ ਖੜੇ ਹੋਵਾਂਗੇ ਤੇ ਸਾਡੀ ਸਾਰੀ ਤਸਵੀਰ ਗੁਰੂ ਦੇ ਸਾਹਮਣੇ ਆ ਜਾਏਗੀ। ਗੁਰਬਾਣੀ ਨੇ ਤੇ ਬਹੁਤ ਕੁਝ ਕਿਹਾ ਕਿ ਸਰੀਰ ਬੰਦੇ ਦਾ ਹੈ, ਇਹਦੇ ਅੰਦਰਲੇ ਪਾਸੇ ਆਦਮੀ ਨਹੀਂ ਹੈ, ਸਰੀਰ ਆਦਮੀ ਵਾਲਾ ਹੈ। ਜਦੋਂ ਗੁਰੂ ਸ਼ੀਸ਼ੇ ਦੇ ਅੱਗੇ ਹੋਵਾਂਗੇ ਨਾ ਸ਼ਬਦ ਦੇ ਸਾਹਮਣੇ, ਤਾਂ ਅੰਦਰ ਦੀ ਤਸਵੀਰ ਸਤਿਗੁਰੂ ਦੇ ਰਾਹੀਂ ਪ੍ਰਗਟ ਹੋਣੀ ਸ਼ੁਰੂ ਹੋ ਜਾਏਗੀ। ਇੱਕ ਬੜੀ ਪਿਆਰੀ ਇਤਿਹਾਸਿਕ ਘਟਨਾ ਆਉਂਦੀ ਹੈ ਕਿ ਜਿਹੜਾ ਜਿਸ ਇੱਕ ਸਿੱਖ ਦਾ ਨਾਮ ਅਸੀਂ ਕੌਡਾ ਰਾਕਸ਼ਸ ਕਹਿੰਦੇ ਹਾਂ, ਗੁਰੂ ਸਾਹਿਬ ਨੇ ਜਿਹਦੇ ਉੱਤੇ ਬਖਸ਼ਿਸ਼ ਕਰ ਦਿੱਤੀ, ਜਿਹਦੇ ਉੱਤੇ ਰਹਿਮਤ ਕਰ ਦਿੱਤੀ, ਤਾਂ ਜਦੋਂ ਇਹਦੇ ਕੋਲ ਗਏ ਸੀ ਭਾਈ ਮਰਦਾਨਾ ਜੀ ਔਰ ਗੁਰੂ ਨਾਨਕ ਸਾਹਿਬ ਉੜੀਸਾ ਦੇ ਅੰਦਰ, ਤਾਂ ਉੱਥੇ ਸਾਰੀ ਗੱਲਬਾਤ ਹੋਈ। ਮੈਂ ਛੋਟੇ ਰੂਪ ਵਿੱਚ ਗੱਲ ਕਹਿਣਾ ਚਾਹੁੰਦਾ, ਭਾਈ ਮਰਦਾਨਾ ਜੀ ਗਏ, ਆਦਮਖੋਰ ਸੀ ਇਹ, ਆਦਮੀ ਦਾ ਮਾਸ ਖਾਂਦਾ ਸੀ, ਉਹਨੂੰ ਫੜ ਲਿਆ। ਗੁਰੂ ਸਾਹਿਬ ਗਏ, ਸਤਿਗੁਰਾਂ ਨੇ ਰਹਿਮਤ ਕੀਤੀ, ਕਿਰਪਾ ਕੀਤੀ, ਇਹਨੂੰ ਜਾਗ ਆ ਗਈ ਕੌਡੇ ਨੂੰ। ਤਾਂ ਜਦੋਂ ਪਿਆਰ ਵਿੱਚ ਆਇਆ ਤਾਂ ਇਹਨੇ ਆਪਣੇ ਕੋਲੋਂ ਇੱਕ ਛੋਟਾ ਜਿਹਾ ਸ਼ੀਸ਼ਾ ਜਿਹੜਾ ਭੇਟ ਕੀਤਾ ਗੁਰੂ ਨਾਨਕ ਸਾਹਿਬ ਜੀ ਨੂੰ, ਆਪਣੀ ਜੇਬ ਵਿੱਚੋਂ ਕੱਢਿਆ, ਅੱਗੇ ਰੱਖ ਦਿੱਤਾ। ਭਾਈ ਮਰਦਾਨਾ ਜੀ ਵੀ ਬੈਠੇ ਨੇ, ਸਤਿਗੁਰਾਂ ਨੇ ਪੁੱਛਿਆ ਕੌਡਿਆ ਇਹ ਕੀ ਹੈ? ਕਹਿਣ ਲੱਗਾ, ਮਹਾਰਾਜ ਇਹ ਜਿਹੜਾ ਸ਼ੀਸ਼ਾ ਹੈ ਆਮ ਸ਼ੀਸ਼ਿਆਂ ਵਰਗਾ ਨਹੀਂ ਹੈ, ਇਹਦੇ ਵਿੱਚ ਕੀ ਵਿਸ਼ੇਸ਼ਤਾ ਹੈ? ਭਾਈ ਕੌਡੇ ਨੇ ਕਿਹਾ, ਮਹਾਰਾਜ ਇਹ ਜਿਹੜਾ ਸ਼ੀਸ਼ਾ ਹੈ, ਆਮ ਜਿਹੜੇ ਸ਼ੀਸ਼ੇ ਨੇ ਉਹ ਬੰਦੇ ਦੇ ਸਰੀਰ ਦੀ ਤਸਵੀਰ ਦਿੰਦੇ ਨੇ, ਬੰਦੇ ਦੇ ਸਰੀਰ ਬਾਰੇ ਦੱਸ ਦਿੰਦੇ ਨੇ, ਉਹਦੀ ਤਸਵੀਰ ਸ਼ੀਸ਼ਿਆਂ ਵਿੱਚ ਆ ਜਾਂਦੀ ਹੈ, ਪਰ ਇਹ ਜਿਹੜਾ ਸ਼ੀਸ਼ਾ ਹੈ ਇਹ ਬੰਦੇ ਦੇ ਸਰੀਰ ਦੀ ਤਸਵੀਰ ਨਹੀਂ ਦਿੰਦਾ, ਇਹ ਬੰਦੇ ਦੇ ਮਨ ਦੀ ਤਸਵੀਰ ਦਿੰਦਾ ਕਿ ਇਹਦਾ ਮਨ ਕਿਵੇਂ ਦਾ, ਮਨ ਦੀ ਫੋਟੋ ਆ ਜਾਂਦੀ ਹੈ। ਫਿਰ ਇਹਦੇ ਵਿੱਚ ਕੀ ਆਉਂਦਾ? ਕਹਿਣ ਲੱਗੇ, ਸਾਡੇ ਤੇ ਲਾ ਕੇ ਵੇਖ ਕੀ ਆਉਂਦਾ। ਸਤਿਗੁਰਾਂ ਨੇ ਕਿਹਾ, ਤੂੰ ਇਹਦੀ ਵਰਤੋਂ ਕੀ ਕਰਦਾ? ਤੇ ਭਾਈ ਕੌਡੇ ਨੇ ਕਿਹਾ, ਮਹਾਰਾਜ ਲੋਕ ਕਹਿੰਦੇ ਨੇ ਵੀ ਕੌਡਾ ਜਿਹੜਾ ਰਾਕਸ਼ਸ ਹੈ ਬੰਦਿਆਂ ਨੂੰ ਖਾਂਦਾ। ਕਹਿਣ ਲੱਗਾ, ਮੈਂ ਬੰਦੇ ਨਹੀਂ ਖਾਂਦਾ, ਬੰਦੇ ਹੈ ਨਹੀਂ ਕੋਈ, ਨਹੀਂ ਸਰੀਰ ਬੰਦਿਆਂ ਵਾਲੇ ਨੇ, ਅੰਦਰ ਇਹਨਾਂ ਦੇ ਰਾਕਸ਼ਸ, ਮੈਂ ਕੋਈ ਬੰਦਾ ਨਹੀਂ ਖਾਂਦਾ। ਫਿਰ ਕਿਹਨੂੰ ਖਾਂਦੇ ਹੋ? ਕਹਿਣ ਲੱਗੇ, ਜਿਹੜਾ ਮਨੁੱਖ ਆਉਂਦਾ ਉਹਦੇ ਉੱਤੇ ਮੈਂ ਸ਼ੀਸ਼ਾ ਲਾ ਕੇ ਦੇਖਣਾ, ਉਹਨੂੰ ਪਰਖਣਾ, ਸਰੀਰ ਆਦਮੀ ਵਾਲਾ ਹੁੰਦਾ ਤੇ ਸ਼ੀਸ਼ਾ ਦੱਸ ਦਿੰਦਾ ਇਹਦੇ ਅੰਦਰ ਕੁੱਤਾ ਬੈਠਾ ਹੋਇਆ, ਇਹ ਬਾਹਰੋਂ ਸਰੀਰ ਆਦਮੀ ਦਾ, ਅੰਦਰ ਤੇ ਕੂਕਰ ਹੈ ਇਸਦੇ। ਮੈਂ ਕਈ ਲੋਕ ਵੇਖੇ ਨੇ ਜਿਨ੍ਹਾਂ ਦਾ ਸਰੀਰ ਆਦਮੀ ਦਾ, ਕਹਿਣ ਲੱਗਾ ਅੰਦਰ ਸੱਪ ਹੈ, ਅੰਦਰ ਗਧਾ ਹੈ, ਅੰਦਰ ਭੈਂਸਾ ਹੈ, ਕਿੰਨੇ ਜਾਨਵਰ ਨੇ ਅੰਦਰ। ਔਰ ਗੁਰਬਾਣੀ ਨੇ ਇਹਦੇ ਉੱਤੇ ਬੜਾ ਲੰਮਾ ਵਖਿਆਣ ਦਿੱਤਾ ਹੈ ਕਿ ਅੰਦਰ ਦੀ ਖੋਜ ਕਰ, ਜ਼ਰੂਰੀ ਨਹੀਂ ਕਿ ਆਪਾਂ ਆਦਮੀ ਹੋਈਏ, ਬਿਰਤੀਆਂ ਬੜੀਆਂ ਖਤਰਨਾਕ ਹੋ ਸਕਦੀਆਂ। ਤਾਂ ਕੌਡੇ ਰਾਕਸ਼ਸ ਨੇ ਕਿਹਾ, ਮਹਾਰਾਜ ਆਦਮੀ ਨਹੀਂ, ਸਾਰੇ ਸਰੀਰ ਆਦਮੀ ਦਾ ਮਿਲ ਗਿਆ ਕਿਤੇ ਐਕਸੀਡੈਂਟਲੀ, ਕੁਦਰਤ ਨੇ ਦੇ ਦਿੱਤਾ ਹੈ ਕਿ ਇਹਨੂੰ ਚਲੋ ਆਦਮੀ ਬਣਾ ਦਈਏ, ਪਰ ਆਦਮੀਆਂ ਵਾਲੀਆਂ ਕਰਤੂਤਾਂ ਨਹੀਂ, ਕੰਮ ਨਹੀਂ ਇਸਦੇ, ਅੰਦਰ ਇਹਦੇ ਪਸ਼ੂ ਨੇ। ਭਗਤ ਕਬੀਰ ਜੀ ਨੇ ਇੱਕ ਥਾਂ ਤੇ ਇੱਕ ਬਚਨ ਕਿਹਾ, ਉਹ ਕਹਿੰਦੇ ਨੇ, ਐਸੋ ਅਚਰਜ ਦੇਖਿਓ ਕਬੀਰ, ਦਦ ਕੈ ਭੋਲੈ ਬਿਰੋਲੈ ਨੀਰ,
ਹਰੀ ਅੰਗੂਰੀ ਗਦਹਾ ਚਰੈ ਨਿਤ ਉੱਠ ਹਾਂਸੈ ਹੀਂਗੈ ਮਰੈ। ਕਬੀਰ ਸਾਹਿਬ ਕਹਿੰਦੇ ਨੇ ਸਰੀਰ ਬੰਦੇ ਦਾ ਹੈ, ਇਹਦੇ ਅੰਤਿਸ਼ਕਰਨ ਵਿੱਚ ਇੱਕ ਗਧਾ ਬੈਠਾ ਹੋਇਆ। ਹਰੀ ਅੰਗੂਰੀ ਗਧਾ ਚਰੈ, ਅਤੇ ਗਧੇ ਦਾ ਸੁਭਾਅ ਹੈ ਉਹਦਾ ਸੰਗਲ ਖੁੱਲ ਜਾਏ ਅਤੇ ਉਹ ਸਭ ਤੋਂ ਪਹਿਲਾਂ ਜਿਹੜੀ ਫਸਲ ਕੂਲੀ ਹੈ ਨਾ, ਬਿਲਕੁਲ ਅਜੇ ਸਿੱਟੇ 'ਤੇ ਨਹੀਂ ਆਈ ਹਰੀ ਅੰਗੂਰੀ, ਅਜੇ ਉਹਦੀਆਂ ਛੋਟੀਆਂ ਛੋਟੀਆਂ ਪੁੰਗਰਾਂ ਫੁੱਟਦੀਆਂ ਨੇ ਪਈਆਂ, ਤਾਂ ਉਹਨੂੰ ਚਰਦਾ, ਉਹਨੂੰ ਸਵਾਦ ਲੱਗਦੀ ਹੈ। ਕਬੀਰ ਜੀ ਕਹਿੰਦੇ ਨੇ ਮਨੁੱਖ ਦੀ ਸੁਰਤ ਦੇ ਅੰਦਰ ਇੱਕ ਗਧੇ ਦਾ ਨਿਵਾਸ ਹੈ, ਜਿਹੜਾ ਕਿ ਸੰਸਾਰ ਦੇ ਜਿਹੜੇ ਭੋਗ ਭੋਗਦਾ ਹੈ ਉਹ ਯੋਗ ਤਰੀਕੇ ਨਾਲ ਨਹੀਂ ਭੋਗਦਾ। ਹਰੀ ਅੰਗੂਰੀ ਦਾ ਮਤਲਬ ਕੀ ਹੈ? ਇੱਥੇ ਮਨੁੱਖ ਨੇ ਜਨਮ ਲਿਆ, ਸਰੀਰਕ ਤੌਰ 'ਤੇ ਤਾਂ ਉਹ ਭੋਗੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਉਹਨੇ ਕੁਝ ਨਾ ਕੁਝ ਖਾਣਾ ਵੀ ਹੈ, ਪਹਿਨਣਾ ਵੀ ਹੈ, ਵੇਖਣਾ ਵੀ ਹੈ, ਸੁਣਨਾ ਵੀ ਹੈ, ਪਰ ਉਹ ਕਿਸ ਹਾਲਤ ਵਿੱਚ ਖਾ ਰਿਹਾ ਹੈ, ਭੋਗ ਰਿਹਾ ਹੈ, ਵੇਖ ਰਿਹਾ ਹੈ, ਇਹ ਹਾਲਤ ਵੱਖਰੀ ਧਿਆਨ ਦੇਣਾ। ਹਰੀ ਅੰਗੂਰੀ ਗਧਾ ਚਰੈ, ਇੱਕ ਫਸਲ ਉਹ ਹੁੰਦੀ ਹੈ ਜਿਹੜੀ ਅਜੇ ਬੀਜੀ ਅਤੇ ਉਹਦੇ ਪੱਤੇ ਉੱਗੇ, ਉਹਨੂੰ ਪਹਿਲਾਂ ਹੀ ਤੋੜ ਕੇ ਖਾ ਜਾਣਾ ਗਲਤ ਹੈ, ਪਰ ਇੱਕ ਫਸਲ ਉੱਗੀ ਉਹ ਬਿਲਕੁਲ ਪੱਤਿਆਂ 'ਤੇ ਆਈ, ਫਿਰ ਸਿੱਟੇ 'ਤੇ ਆਈ, ਫਿਰ ਉਹਦੇ ਦਾਣੇ ਪੱਕ ਗਏ, ਪੱਕੀ ਹੋਈ ਫਸਲ ਦੇ ਵਿੱਚੋਂ ਕੁਝ ਖਾਣ ਵਾਸਤੇ ਵਰਤ ਲਿਆ ਅਤੇ ਕੁਝ ਬੀਜ ਬਚਾ ਲਿਆ ਕਿ ਅੱਗੋਂ ਫਿਰ ਬੀਜਣੀ ਹੈ। ਕੁਝ ਖਾਣ ਵਾਸਤੇ ਵਰਤਿਆ, ਜ਼ਿਮੀਂਦਾਰ ਇਸੇ ਤਰ੍ਹਾਂ ਕਰਦੇ ਨੇ, ਖਾਣ ਲਈ ਵਰਤਦੇ ਲੈਂਦੇ ਨੇ, ਪਹਿਨਣ ਵਾਸਤੇ ਫਸਲ ਨੂੰ ਵਰਤ ਲੈਂਦੇ, ਪਰ ਇੱਕ ਕੰਮ ਉਹ ਕਰਦੇ ਕਿ ਅਗਲੇ ਸਾਲ ਫਿਰ ਬੀਜਣੀ ਹੈ, ਉਹਦੇ ਵਾਸਤੇ ਬੀਜ ਤਾਂ ਬਚੇ, ਘੱਟੋ ਘੱਟ ਕੁਝ ਬਚਾ ਲਈਏ ਇਹਦੇ ਵਿੱਚ। ਜਿਉਂ ਜਿਉਂ ਸਵਾਸ ਆਉਂਦਾ ਬੰਦਾ ਸੰਸਾਰ ਵਾਸਤੇ ਗਵਾਈ ਜਾਂਦਾ, ਬਚਾਉਂਦਾ ਹੈ ਹੀ ਨਹੀਂ ਸਵਾਸ, ਸਵਾਸ ਬਚਾਏ ਜਾ ਸਕਦੇ ਨੇ। ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਕਿ ਤੇਰਾ ਸਰੀਰ ਅਤੇ ਤੇਰੀ ਸੁਰਤ ਜਿਹੜੀ ਹੈ, ਇਹ ਦੋ ਚੀਜ਼ਾਂ ਨੇ ਤੇਰੇ ਕੋਲ। ਸਰੀਰ ਦੇ ਹਾਣ ਦਾ ਸੰਸਾਰ ਦੇ ਪਦਾਰਥ ਨੇ, ਆ ਜਿੰਨਾ ਕੁਝ ਅਸੀਂ ਦੇਖਦੇ ਹਾਂ ਨਾ, ਇਹ ਸਾਡੇ ਸਰੀਰ ਦਾ ਹਾਣੀ ਹੈ ਸਾਰਾ ਕੁਝ ਜਿਹੜਾ ਬਾਹਰ ਦਿਸ ਰਿਹਾ। ਇਹ ਸਾਡੀ ਦੇਹ ਦਾ, ਇਸ ਜਿਸਮ ਦਾ ਜਿਹੜਾ ਪੰਜ ਤੱਤਾਂ ਤੋਂ ਬਣਿਆ, ਇਹ ਜੋ ਕੁਝ ਬਾਹਰ ਦਿਸਦਾ ਸਾਡਾ ਸਰੀਰ, ਉਹਦਾ ਹਾਣੀ ਹੈ। ਉਹਦੇ ਨਾਲ ਸਰੀਰ ਨੂੰ ਜੋੜਿਆ ਜਾ ਸਕਦਾ, ਕੋਈ ਸ਼ੱਕ ਨਹੀਂ, ਪਰ ਉਹ ਜੁਗਤ ਦੇ ਅੰਦਰ ਰਹਿ ਕੇ ਸੰਜਮ ਦੇ ਵਿੱਚ ਰਹਿ ਕੇ। ਬਾਹਰ ਦੀ ਸਾਰੀ ਦੁਨੀਆ ਜਿੰਨੀ ਦਿਸ ਰਹੀ ਹੈ ਸਾਡੇ ਸਰੀਰ ਦੀ ਹਾਣੀ ਹੈ, ਜਿੰਨਾ ਪਦਾਰਥ ਹੈ, ਖਾਣਾ ਪੀਣਾ ਹੈ, ਵੇਖਣਾ ਹੈ, ਪਹਿਨਣਾ ਹੈ, ਜੋ ਵੀ ਹੈ, ਮਕਾਨ ਹੈ, ਇਹ ਸਾਡੇ ਸਰੀਰ ਨਾਲ ਰਿਲੇਟਡ ਨੇ, ਸੰਬੰਧਿਤ ਨੇ, ਇਹ ਚੀਜ਼ਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ। ਗੁਰੂ ਸਾਹਿਬ ਕਹਿੰਦੇ ਨੇ ਸਰੀਰ ਨਾਲ ਬਾਹਰ ਨੂੰ ਜੋੜ ਦੇ, ਮੈਂ ਤੈਨੂੰ ਰੋਕਦਾ ਨਹੀਂ, ਪਰ ਤੈਨੂੰ ਮੈਂ ਇੱਕ ਸੁਚੇਤ ਕਰਨਾ ਚਾਹੁੰਦਾ, ਤੂੰ ਗਲਤੀ ਇਹ ਕਰ ਲਈ, ਤੂੰ ਆਪਣੀ ਸੁਰਤ ਨੂੰ ਵੀ ਸੰਸਾਰ ਨਾਲ ਹੀ ਜੋੜ ਦਿੱਤਾ ਹੈ। ਸੁਰਤ ਦੇ ਹਾਣ ਦਾ ਸੰਸਾਰ ਨਹੀਂ, ਸੰਸਾਰ ਸੁਰਤ ਤੋਂ ਬੜਾ ਛੋਟਾ ਹੈ, ਸੁਰਤ ਦੇ ਹਾਣ ਦਾ ਸ਼ਬਦ ਹੈ। ਸੁਰਤ ਨੂੰ ਸ਼ਬਦ ਨਾਲ ਜੋੜ ਲੈ, ਸਰੀਰ ਨੂੰ ਸੰਸਾਰ ਨਾਲ ਜੋੜ ਲੈ, ਫਿਰ ਜਿਸ ਸਰੀਰ ਦੀ ਸੁਰਤ ਸ਼ਬਦ ਨਾਲ ਜੁੜੀ ਹੋਈ ਹੈ, ਉਹ ਸਰੀਰ ਜਦੋਂ ਸੰਸਾਰ ਨਾਲ ਜੁੜੇਗਾ, ਆਪਣੇ ਆਪ ਮਰਿਆਦਾ ਵਿੱਚ ਆ ਜਾਏਗਾ, ਆਪਣੇ ਆਪ ਹੱਦ ਵਿੱਚ ਆ ਜਾਏਗਾ, ਆਪਣੇ ਆਪ ਉਹਨੂੰ ਧਰਮ ਦੀ ਸਮਝ ਆ ਜਾਏਗੀ। ਜਿਸ ਬੰਦੇ ਦੀ ਸੁਰਤ ਸ਼ਬਦ ਨਾਲ ਜੁੜ ਗਈ, ਉਹਦਾ ਸਰੀਰ ਸੰਸਾਰ ਨਾਲ ਜੁੜੇਗਾ ਵੀ, ਪਰ ਉਹਨਾਂ ਜੁੜੇਗਾ ਜਿੰਨਾ ਯੋਗ ਹੈ, ਜਿੰਨਾ ਗੁਰੂ ਨੇ ਇਜਾਜ਼ਤ ਦਿੱਤੀ ਹੈ, ਵੱਧ ਨਹੀਂ ਜਾਏਗਾ।
ਗੁਰੂ ਸਾਹਿਬ ਨੇ ਕਿਤੇ ਨਹੀਂ ਰੋਕਿਆ ਸੰਸਾਰ ਦੇ ਭੋਗ ਤੋਂ। ਮੈਂ ਇੱਕ ਹੋਰ ਬਸੰਤ ਰਾਗ ਦਾ ਸ਼ਬਦ ਵਿੱਚ ਲੈ ਲਵਾਂ ਕਬੀਰ ਜੀ ਦਾ। ਉਹ ਕਹਿੰਦੇ ਨੇ, ਉਹਨਾਂ ਨੇ ਉਦਾਹਰਣ ਇੱਕ ਗਊ ਦੀ ਦਿੱਤੀ, ਗੱਲ ਕੁੱਤੇ ਦੀ ਕੀਤੀ, ਕਿਉਂਕਿ ਅੱਜ ਦਾ ਸ਼ਬਦ ਸਾਰਾ ਇਸ ਪਾਸੇ ਨੂੰ ਝੁਕਾਵ ਹੈ ਦਾ, ਵੀ ਬੰਦੇ ਦੇ ਅੰਦਰ ਕੀ ਹੈ ਉਹਨੂੰ ਪਹਿਚਾਣ, ਅੰਦਰ ਨੂੰ ਦੇਖ, ਤੇਰੇ ਅੰਦਰ ਕੀ ਹੈ, ਸੁਰਤ ਨਾਲ ਵੇਖ। ਉਹ ਕਹਿੰਦੇ ਇੱਕ ਕੂਕਰ ਹੈ, ਜੇ ਉਹ ਮਾਲਕ ਦੇ ਦਰ ਤੇ ਬੈਠਾ ਹੈ, ਮਾਲਕ ਉਹਨੂੰ ਇੱਕ ਪ੍ਰਸ਼ਾਦਾ ਸਵੇਰੇ ਪਾਉਂਦਾ ਹੈ, ਇੱਕ ਦੁਪਹਿਰੀ ਪਾਉਂਦਾ ਹੈ, ਇੱਕ ਰਾਤ ਨੂੰ ਉਹਨੂੰ ਪੀਣ ਵਾਸਤੇ ਦੁੱਧ ਵੀ ਦੇ ਦਿੰਦਾ, ਉਹਨੂੰ ਸਬਰ ਨਾਲ ਖਾਈ ਜਾਂਦਾ, ਪੀ ਵੀ ਜਾਂਦਾ, ਜੀਵਨ ਬੜਾ ਸੁਖਦਾਈ ਹੈ ਉਸ ਕੁੱਤੇ ਦਾ। ਪਰ ਕਹਿੰਦੇ ਉਹ ਕੂਕਰ ਜਿਹੜਾ ਮਾਲਕ ਵੱਲੋਂ ਦਿੱਤੀ ਹੋਈ ਖੁਰਾਕ ਤੋਂ ਲੰਘ ਕੇ ਜਦੋਂ ਉਹਦੇ ਘਰ ਦੇ ਭਾਂਡੇ ਚੱਟਣ ਲੱਗ ਪੈਂਦਾ, ਸਮਝ ਲਓ ਵੀ ਉਸ ਕੂਕਰ ਦੀ ਤੇ ਉਸ ਮਾਲਕ ਦੀ ਨਿਭੇਗੀ ਨਹੀਂ, ਕਿਉਂਕਿ ਹੱਦ ਤੋੜ ਗਿਆ, ਸਬਰ ਤੋਂ ਬਾਹਰ ਚਲਾ ਗਿਆ, ਉਹਦਾ ਗੁਜ਼ਾਰਾ ਤਾਂ ਚੱਲ ਹੀ ਰਿਹਾ ਸੀ ਨਾ। ਭਾਵੇਂ ਉਹ ਕਿੰਨਾ ਭਲਾ ਮਾਨਸ ਕਿਉਂ ਨਾ ਦਿਸੇ, ਭਾਵੇਂ ਉਹ ਕਿੰਨਾ ਵਫ਼ਾਦਾਰ ਕੁੱਤਾ ਕਿਉਂ ਨਾ ਦਿਸੇ, ਭਾਵੇਂ ਉਹ ਕਿੰਨਾ ਖਾਨਦਾਨੀ ਕੂਕਰ ਕਿਉਂ ਨਾ ਦਿਸੇ, ਪਰ ਉਹ ਭ੍ਰਿਸ਼ਟ ਹੋ ਗਿਆ ਜਦੋਂ ਮਾਲਕ ਦੇ ਦਿੱਤੀ ਹੱਦ ਤੋਂ ਪਾਰ ਚਲਾ ਗਿਆ। ਕਬੀਰ ਜੀ ਨੇ ਉਦਾਹਰਣ ਦਿੱਤੀ, ਉਹ ਕਹਿੰਦੇ ਸੁਰ ਹੈ ਕਿ ਜੈਸੀ ਤੇਰੀ ਚਾਲ, ਸੁਰ ਹੈ ਕਹਿੰਦੇ ਨੇ ਗਊ ਨੂੰ, ਕਹਿੰਦੇ ਤੇਰੀ ਚਾਲ ਵੀ ਬੜੀ ਵਫ਼ਾਦਾਰੀ ਵਾਲੀ ਏ, ਤੂੰ ਤੁਰਨਾ ਵੀ ਗਾਂ ਵਾਂਗੂ ਹੈ, ਤੇ ਇਹ ਸਰੀਰ ਦੇ ਸਿਗਨਲ ਨੇ, ਜਦੋਂ ਬੰਦੇ ਦੇ ਜੀਵਨ ਤੇ ਲੋਭ ਹਾਵੀ ਹੋਏਗਾ ਨਾ, ਉਹਦਾ ਸਾਰਾ ਕੁਝ ਗਊ ਵਾਲਾ ਬਣ ਜਾਏਗਾ। ਜਦੋਂ ਲੋਭ ਜ਼ਿਆਦਾ ਹਾਵੀ ਹੋਏਗਾ, ਜਦੋਂ ਤੁਰੇਗਾ ਨਾ ਗਊ ਵਾਲੀ ਚਾਲ, ਕੁਦਰਤੀ ਸਿਗਨਲ ਹੈ ਸਰੀਰ ਦਾ, ਤੇ ਕੁੱਤਾ ਜਦੋਂ ਲੋਭ ਵਿੱਚ ਆਉਂਦਾ ਨਾ, ਤੁਸੀਂ ਵੇਖੋਗੇ ਉਹ ਪੂਛ ਨੀਵੀਂ ਕਰ ਲਏਗਾ, ਜਦੋਂ ਉਹਨੇ ਕੋਈ ਨਾ ਕੋਈ ਚੀਜ਼ ਚੁੱਕਣੀ ਹੈ, ਉਹਦੇ ਸਾਰੇ ਸਰੀਰ ਦਾ ਜਿਹੜਾ ਸਿਗਨਲ ਹੈ ਗਊ ਵਾਲਾ ਬਣ ਜਾਏਗਾ, ਉਹਨੂੰ ਕਬੀਰ ਜੀ ਕਹਿ ਰਹੇ ਨੇ। ਬੜਾ ਵੱਡਾ ਵਿਗਿਆਨ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਸ਼ਾਇਦ ਅਸੀਂ ਇਹਨੂੰ ਸਮਝਣਾ ਸ਼ੁਰੂ ਕਰ ਦਈਏ। ਜਿੰਨਾ ਵੱਡਾ ਸਾਨੂੰ ਖਜ਼ਾਨਾ ਗੁਰੂ ਸਾਹਿਬ ਨੇ ਦਿੱਤਾ, ਸਾਡੇ ਇੱਥੋਂ ਅੱਖਾਂ ਦੇ ਉੱਪਰੋਂ ਆ ਜਿਹੜੀ ਪੱਟੀ ਵੱਜ ਗਈ ਨਾ ਪਦਾਰਥਵਾਦ ਦੀ, ਹਉਮੈ ਦੀ, ਚੌਧਰ ਦੀ, ਇਹ ਕਿਤੇ ਰੱਬ ਕਿਰਪਾ ਕਰੇ, ਗੁਰੂ ਨੇ ਤੇ ਬੜੀ ਵਾਰੀ ਖੋਲੀ ਹੈ, ਪਰ ਸਾਡੀ ਜੇਬ ਵਿੱਚ ਪੱਟੀਆਂ ਹੀ ਬਹੁਤੀਆਂ ਪਈਆਂ ਨੇ, ਗੁਰੂ ਇੱਕ ਖੋਲਦਾ ਦੂਜੀ ਬੰਨ ਲੈਂਦੇ, ਅੱਖ ਖੁੱਲਦੀ ਨਹੀਂ ਸਾਡੀ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਸੁਰ ਹੈ ਕਿ ਜੈਸੀ ਤੇਰੀ ਚਾਲ, ਹੇ ਕੂਕਰ ਚਾਲ ਤੇਰੀ ਬਹੁਤ ਸੋਹਣੀ ਹੈ, ਵੇਖਣ ਵਾਲੇ ਕਹਿੰਦੇ ਵਫ਼ਾਦਾਰੀ ਬਹੁਤ ਕਰਦਾ ਕੂਕਰ, ਚੰਗਾ ਹੈ, ਤੇਰੀ ਪੂੰਛਟ ਉੱਪਰ ਝਮਕ ਬਾਲ, ਤੇਰੀ ਪੂੰਛ ਦੇ ਉੱਤੇ ਜਿਹੜੇ ਵਾਲ ਨੇ ਉਹ ਵੀ ਬੜੇ ਚਮਕਦੇ ਨੇ, ਕਿਉਂਕਿ ਖਾਨਦਾਨੀ ਹੈ, ਘਰ ਵਿੱਚ ਪਾਲਿਆ ਹੋਇਆ, ਸਾਬਣ ਲਾਉਂਦੇ ਨੇ ਅਗਲੇ ਪੂੰਛ ਨੂੰ, ਤੇਰੀ ਪੂੰਛ ਉੱਪਰ ਝਮਕ ਬਾਲ, ਪਰ ਤੇਰੀਆਂ ਆਦਤਾਂ ਠੀਕ ਨਹੀਂ, ਚਾਕੀ ਚਾਟੈ ਚੂਨ ਖਾਹੇ, ਚੱਕੀ ਜਿਹੜੀ ਜਿਹਦੀ ਪੁਰਾਣੇ ਸਮੇਂ ਵਿੱਚ ਚੱਕੀ ਵਿੱਚ ਆਟਾ ਪੀਆ ਜਾਂਦਾ ਸੀ, ਤੈਨੂੰ ਮਾਲਕ ਤੇਰਾ ਖਾਣ ਵਾਸਤੇ ਖੁਰਾਕ ਤਾਂ ਦਿੰਦਾ ਹੈ, ਪਰ ਤੂੰ ਸਾਰਾ ਕੁਝ ਉਲੰਘ ਕੇ ਫਿਰ ਚੱਕੀ ਚੱਟਣ ਲੱਗ ਪਿਆ, ਫਿਰ ਭਾਂਡਿਆਂ ਵਿੱਚ ਮੂੰਹ ਮਾਰਨਾ। ਚਾਕੀ ਚਾਟੈ ਚੂਨ ਖਾਹੇ, ਚਾਕੀ ਕਾਚੀ ਥਰਾ ਕਹਾਂ ਲੈ ਜਾਏ, ਚੱਕੀ ਨੂੰ ਸਾਫ਼ ਕਰਨ ਵਾਲਾ ਜਿਹੜਾ ਕੱਪੜਾ ਹੈ ਤੂੰ ਉਹ ਵੀ ਨਹੀਂ ਛੱਡਦਾ। ਇਹ ਲੋਭੀ ਬੰਦੇ ਦੀ ਵਿਆਖਿਆ ਕੀਤੀ ਜਾ ਰਹੀ ਹੈ ਕਿ ਸਰੀਰ ਬੰਦੇ ਦਾ ਅੰਦਰ ਕੂਕਰ ਹੈ,
ਉਹਦੀ ਕੋਈ ਹੱਦ ਹੀ ਨਹੀਂ ਹੈ, ਉਹਦਾ ਕੋਈ ਟਿਕਾਣਾ ਹੀ ਨਹੀਂ। ਪਰਮਾਤਮਾ ਨੇ ਤੇਰੇ ਸਰੀਰ ਦਾ ਪ੍ਰਬੰਧ ਕੀਤਾ ਹੋਇਆ ਹੈ। ਗੁਰੂ ਸਾਹਿਬ ਨੇ ਤੈਨੂੰ ਕਿਹਾ ਖਾਣ ਵਾਸਤੇ ਕਿਰਤ ਕਰ, ਖਾਣ ਵਾਸਤੇ ਭੋਜਨ ਕਿੰਨਾ ਕੁ ਖਾਣਾ, ਇਹ ਵੀ ਦੱਸਿਆ। ਹੱਦ ਵਿੱਚ ਜਿੰਨਾ ਸਰੀਰ ਨੂੰ ਚਾਹੀਦਾ, ਪਹਿਨਣਾ ਕਿਵੇਂ ਦਾ ਇਹ ਵੀ ਦੱਸਿਆ, ਵੇਖਣਾ ਕਿਸ ਤਰ੍ਹਾਂ ਹੈ ਇਹ ਵੀ ਦੱਸਿਆ, ਪਰ ਉਹ ਹੱਦ ਸਾਰੀ ਤੋੜ ਕੇ ਅੱਗੇ ਜਾ ਰਿਹਾ। ਸੁਣਨਾ ਕੀ, ਇਹ ਵੀ ਦੱਸਿਆ ਹੈ। ਪਰ ਇਹਦੀ ਹਾਲਤ ਉਹ ਬਣ ਗਈ ਕਿ ਕੁਧ ਕੁਧ ਚਰੈ ਰਸਾਤਲ ਪਾਏ, ਤੇ ਉਹ ਸਿੱਖ ਪੰਥ, ਉਹ ਸਿੱਖ ਕੌਮ ਜਿਹਦੇ ਉੱਤੇ ਗੁਰੂ ਨੇ ਮਾਣ ਕਰਕੇ ਚਾਰੇ ਪੁੱਤਰ ਵਾਰ ਦਿੱਤੇ, ਪਿਤਾ ਮਾਤਾ ਪਰਿਵਾਰ ਘਰ ਬਾਰ, ਔਰ ਉਹਨੂੰ ਸੰਵਿਧਾਨ ਦਿੱਤਾ, ਕਹਿ ਦਿੱਤਾ ਇਸ ਦਾਇਰੇ ਵਿੱਚ ਜਿਉਣਾ। ਅੱਜ ਸਿੱਖ ਦੀ ਕੀ ਹਾਲਾਤ ਹੈ, ਅੱਜ ਸਿੱਖ ਦਾ ਕਿਵੇਂ ਜੀਵਨ, ਉਹਦੀ ਵਿਆਖਿਆ ਗੁਰਬਾਣੀ ਕਰ ਰਹੀ। ਕਹਿਣ ਲੱਗੇ ਕੱਪੜੇ ਆਦਮੀ ਵਾਲੇ ਹੈਣ, ਅੰਦਰ ਤੇ ਗਧਾ ਹੈ। ਗੁਰੂ ਨੇ ਕਿਹਾ ਸੀ ਜੇ ਵਿਆਹ ਸ਼ਾਦੀ ਕਰਨੀ ਹੈ, ਜੇ ਸੰਸਾਰ ਦੇ ਕੰਮ ਕਰਨੇ ਨੇ, ਭਾਈ ਇਸ ਢੰਗ ਨਾਲ ਕਰਨੇ ਨੇ, ਨਸ਼ਿਆਂ ਦੀ ਵਰਤੋਂ ਨਹੀਂ ਕਰਨੀ। ਪਰ ਵੇਖੋ ਸਿੱਖ ਅਖਵਾਉਣ ਵਾਲਾ ਬੰਦਾ ਉਹ ਨੱਚਣ ਵਾਲਿਆਂ ਨੂੰ ਪੈਸੇ ਦੇ ਕੇ ਲਿਆਉਂਦਾ, ਪ੍ਰਬੰਧ ਕਰਦਾ ਔਰ ਆਪ ਨਾਲ ਨੱਚਦਾ ਹੈ। ਜਿੱਥੇ ਦਾਦਾ ਤੇ ਪੋਤੀ ਇਕੱਠੇ ਬਹਿ ਕੇ ਅਸ਼ਲੀਲਤਾ ਦੇਖਦੇ ਨੇ, ਫਿਰ ਆਪਣੇ ਆਪ ਨੂੰ ਸਿੱਖ ਕਹਿੰਦੇ ਨੇ। ਗੁਰੂ ਦਾ ਇਹਦੇ ਨਾਲ ਕੀ ਸੰਬੰਧ ਸੀ? ਅਸੀਂ ਪੁਰਾਣੇ ਲੋਕਾਂ ਦਾ ਇਤਿਹਾਸ ਸੁਣਨ ਸੁਣਾਉਣ 'ਤੇ ਬਹੁਤ ਜ਼ੋਰ ਦਿੰਦੇ ਹਾਂ, ਸਮਾਗਮ ਵੀ ਕਰਦੇ ਨੇ, ਫਲਾਣਾ ਇਤਿਹਾਸ ਸੁਣਾਓ। ਮਹਾਰਾਜੇ ਰਣਜੀਤ ਸਿੰਘ ਨੇ ਇੱਕ ਦਿਨ ਮੁਜਰਾ ਦੇਖਿਆ ਸੀ ਬੇਸਵਾ ਦਾ, ਅਕਾਲੀ ਫੂਲਾ ਸਿੰਘ ਨੇ ਅਕਾਲ ਤਖ਼ਤ ਸਾਹਿਬ 'ਤੇ ਸੱਦ ਲਿਆ ਸੀ, ਕੋਰੜੇ ਮਾਰਨ ਦੀ ਸਜ਼ਾ ਉਹਨੂੰ ਲਾਈ ਗਈ ਸੀ। ਇਹ ਸਭ ਕੁਝ ਅੱਜ ਕਿਵੇਂ ਚੱਲ ਰਿਹਾ ਹੈ? ਔਰ ਗੁਰੂ ਸਾਹਿਬ ਨੇ ਕਿਹਾ ਸੀ ਜਿੱਦਣ ਤੂੰ ਮੇਰੇ ਹੁਕਮ ਦੀ ਅਦੂਲੀ ਕਰ ਦਿੱਤੀ, ਮੈਂ ਸਾਰੀ ਸ਼ਕਤੀ ਵਾਪਸ ਖਿੱਚ ਲੈਣੀ ਹੈ, ਖੁਆਰ ਹੋਣਾ ਪਏਗਾ ਤੂੰ। ਜਬ ਇਹ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਜਦੋਂ ਜੀਵਨ ਹੱਦ ਤੋਂ ਬਾਹਰ ਗਿਆ, ਤੇਰਾ ਤੇ ਮੇਰਾ ਕੋਈ ਸੰਬੰਧ ਨਹੀਂ, ਮੈਂ ਤੇਰੇ ਕੱਪੜਿਆਂ ਨੂੰ ਪਿਆਰ ਨਹੀਂ ਕਰਨਾ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਰਹਿਤ ਦੇ ਅਰਥ ਕੀ ਕਰੋਗੇ, ਇਕੱਲੇ ਕੱਪੜੇ ਰਹਿਤ ਹੁੰਦੇ ਨੇ? ਇਹ ਠੀਕ ਹੈ ਬਾਹਰਲਾ ਲਿਬਾਸ ਉਹਨੂੰ ਨਮਸਕਾਰ ਹੈ, ਪਰ ਰਹਿਤ ਦਾ ਮਤਲਬ ਹੈ ਜੀਵਨ ਦੀ ਰਹਿਤ, ਜਿਹੜੇ ਜ਼ਿੰਦਗੀ ਵਿੱਚ ਫੀਲਡ ਵਿੱਚ ਜਿਉਣ ਦੇ ਨਿਯਮ ਦੱਸੇ ਨੇ ਗੁਰੂ ਨੇ। ਕਬੀਰ ਜੀ ਕਹਿੰਦੇ ਨੇ ਚਾਕੀ ਚਾਟੈ ਚੂਣ ਖਾਹੇ, ਚਾਕੀ ਕਾਚੀ ਥਰਾ ਕਹਾਂ ਲੈ ਜਾਏ, ਛੀਕੇ ਪਰ ਤੇਰੀ ਬਹੁਤ ਡੀਟ। ਡੀਠ ਕਹਿੰਦੇ ਨੇ ਨਜ਼ਰ ਨੂੰ। ਹੁਣ ਜਿਹੜਾ ਛਿੱਕੂ ਹੈ ਨਾ ਪ੍ਰਸ਼ਾਦਿਆਂ ਵਾਲਾ ਟੰਗਿਆ ਹੋਇਆ, ਉਹਦੇ 'ਤੇ ਵੀ ਜਾਂਦਾ ਜਾਂਦਾ ਉਸ ਕੁੱਤੇ ਦੀ ਨਜ਼ਰ ਹੈ ਵੀ ਇਹ ਵੀ ਲਾ ਕੇ ਲੈ ਜਾਵਾਂ। ਛੀਕੇ ਪਰ ਤੇਰੀ ਬਹੁਤ ਡੀਠ, ਹੁਣ ਤੇਰਾ ਕੋਈ ਇਲਾਜ ਨਹੀਂ, ਮਤ ਲੱਕੜੀ ਸੋਟਾ ਤੇਰੀ ਪਰੈ ਪੀਠ। ਹੁਣ ਤਾਂ ਘਰ ਦੇ ਮਾਲਕ ਨੇ ਤੈਨੂੰ ਡਾਂਗ ਲੈ ਕੇ ਤੇਰੀ ਸੇਵਾ ਕਰਨੀ, ਕਿਉਂਕਿ ਤੇਰੇ ਜੀਵਨ ਦੀ ਹੱਦ ਖਤਮ ਹੋ ਗਈ ਹੈ। ਇਹ ਕਿਸੇ ਕੁੱਤੇ ਦੀ ਵਿਆਖਿਆ ਨਹੀਂ, ਇਹ ਮਨੁੱਖ ਦੀ ਹੀ ਵਿਆਖਿਆ ਹੈ ਕਿ ਉਹ ਜਦੋਂ ਪਰਮਾਤਮਾ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਦੀ ਹੱਦ ਤੋੜ ਕੇ ਅੱਗੇ ਜਾਂਦਾ ਹੈ, ਉਦੋਂ ਉਹ ਮਨੁੱਖ ਨਹੀਂ ਰਹਿੰਦਾ, ਉਦੋਂ ਪਸ਼ੂ ਬਣ ਜਾਂਦਾ, ਫਿਰ ਉਹਨੂੰ ਮਾਰ ਪੈਂਦੀ ਹੈ। ਮਤ ਲੱਕੜੀ ਸੋਟਾ ਤੇਰੀ ਪਰੈ ਪੀਠ, ਕਹਿ ਕਬੀਰ ਭੋਗ ਭਲੇ ਕੀਨ। ਇੱਥੇ ਗੁਰੂ ਗ੍ਰੰਥ ਸਾਹਿਬ ਨੇ ਸਪਸ਼ਟ ਕਰ ਦਿੱਤਾ ਭੋਗ ਕਰਨੇ ਨੇ, ਪਰ ਭਲੇ ਦਾ ਅਰਥ ਜੁਗਤ ਵਿੱਚ ਰਹਿ ਗਿਆ। ਕਹਿ ਕਬੀਰ ਭੋਗ ਭਲੇ ਕੀਨ, ਕਰ ਸਕਣਾ ਹੈ ਪਰ ਗੁਰੂ ਤੋਂ ਪੁੱਛ ਕੇ ਕਰੀ। ਮਤ ਕੋ ਮਾਰੈ ਈਂਟ ਢੇਮ, ਫਿਰ ਤੈਨੂੰ ਇੱਟ ਨਹੀਂ ਪਏਗੀ, ਢਿੱਮ ਨਹੀਂ ਵਜੇਗੀ, ਤੈਨੂੰ ਮਾਰ ਨਹੀਂ ਪਏਗੀ,
ਗੁਰਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੈ ਦੁੱਖ। ਬੇਨਤੀ ਕਰ ਰਿਹਾ ਸੀ, ਆਦਮੀ ਨੇ ਪਰਖਿਆ ਨੇ ਜੀਵਨ ਨੂੰ, ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਜਿਹੜਾ ਮਨੁੱਖ ਆਪਣੇ ਆਪ ਨੂੰ ਪਰਖਦਾ ਅਸਲ ਵਿੱਚ ਉਹੀ ਗਿਆਨਵਾਨ ਹੈ। ਨਾਨਕ ਪਰਖੇ ਆਪ ਕਹੋ, ਆਪਣੇ ਆਪ ਦੀ ਆਪਾਂ ਖੋਜ ਕਰੀਏ ਤਾਂ ਅੰਦਰੋਂ ਬਹੁਤ ਸਾਰੇ ਪਸ਼ੂ ਭੱਜ ਭੱਜ ਕੇ ਨਿਕਲਣਗੇ, ਅੰਦਰੋਂ ਆਵਾਜ਼ ਆਏਗੀ। ਕਈ ਸੱਜਣ ਕਹਿੰਦੇ ਨੇ ਵੀ ਜਦੋਂ ਅਸੀਂ ਕੁਝ ਜਪਣੇ ਹਾਂ, ਧਿਆਨ ਕਰਨੇ ਹਾਂ, ਸ਼ਬਦ ਨਾਲ ਜੋੜਨੇ ਹਾਂ, ਸਿੱਖੀ ਵਿੱਚ ਤਾਂ ਸ਼ਬਦ ਹੀ ਧਿਆਨ ਹੈ ਨਾ। ਉਹ ਕਹਿੰਦੇ ਨੇ ਸਾਡੇ ਅੰਦਰੋਂ ਕਹਿੰਦੇ ਆਵਾਜ਼ਾਂ ਬਹੁਤ ਤਰ੍ਹਾਂ ਦੀਆਂ ਆਉਂਦੀਆਂ ਨੇ। ਕਾਹਦੀਆਂ ਆਵਾਜ਼ਾਂ? ਕਹਿਣ ਲੱਗੇ ਕਦੀ ਸੱਪ ਦੀ ਫੁੰਕਾਰ ਦੀ ਆਵਾਜ਼ ਆਉਂਦੀ ਹੈ, ਕਦੀ ਕਿਸੇ ਹੋਰ ਜਾਨਵਰ ਦੀ ਆਉਂਦੀ ਹੈ, ਇਹ ਕੀ ਹੈ? ਅਤੇ ਅੱਜ ਕੱਲ੍ਹ ਤਾਂ ਦੁਕਾਨਾਂ ਵੀ ਬਹੁਤ ਖੁੱਲੀਆਂ ਨਾ, ਚੌਥੇ ਪੰਜਵੇਂ ਦਿਨ ਅਨਹਦ ਵਜਾ ਦਿੰਦੇ ਨੇ ਬੰਦੇ ਦਾ। ਉਹਨਾਂ ਕੋਲ ਜਦੋਂ ਜਾਂਦੇ ਉਹ ਕਹਿੰਦੇ ਜੀ ਤੁਹਾਡਾ ਅਨਹਦ ਵੱਜ ਗਿਆ ਜੀ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛਿਆ ਅਨਹਦ ਕਦੋਂ ਵੱਜਦਾ? ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ, ਤੁਧ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵੱਜੇ। ਪਹਿਲਾਂ ਪੰਜ ਵਸ ਚ ਆਏ ਨੇ, ਅੰਦਰ ਝਾਤੀ ਮਾਰ ਕੇ ਵੇਖੀ। ਤਾਂ ਇਹ ਕੀ ਹੈ? ਤਾਂ ਉਹ ਦੁਕਾਨ ਚਲਾਉਣ ਵਾਲੇ ਵੀ ਕਹਿ ਦਿੰਦੇ ਨੇ ਤੁਹਾਡਾ ਅਨਹਦ ਦੀ ਅਸੀਂ ਬਹੁਤ ਛੇਤੀ ਵਜਾ ਦਿੱਤਾ। ਉਹ ਅਨਹਦ ਨਹੀਂ, ਉਹ ਤੇ ਅੰਦਰ ਪਏ ਹੋਏ ਜਾਨਵਰ। ਹੁਣ ਜਦੋਂ ਸ਼ਬਦ ਅੰਦਰ ਜਾਂਦਾ ਉਹ ਬਾਹਰ ਨੂੰ ਭੱਜਦੇ ਨੇ। ਜਿਵੇਂ ਇੱਕ ਪੁਰਾਣੇ ਘਰ ਦੇ ਵਿੱਚ ਕਈ ਤਰ੍ਹਾਂ ਦੇ ਜਾਨਵਰ ਰਹਿੰਦੇ ਹੋਣ, ਬੜੇ ਚਿਰ ਦਾ ਉਹ ਬੇਕਾਰ, ਕਦੀ ਉੱਥੇ ਕੋਈ ਰਹਿੰਦਾ ਨਾ ਹੋਵੇ, ਵਸਿੰਦਾ ਉਜੜਿਆ ਹੋਇਆ ਉਹ ਘਰ ਹੋਵੇ, ਤੇ ਜਦੋਂ ਉਹਦੇ ਘਰ ਦਾ ਮਾਲਕ ਬਾਹਰੋਂ ਅੰਦਰ ਆਏ ਨਾ, ਤੇ ਉਹ ਜਾਨਵਰ ਕੱਲਾ ਕੱਲਾ ਕਰਕੇ ਭੱਜਣਾ ਸ਼ੁਰੂ ਕਰ ਦਿੰਦੇ ਨੇ। ਪਹਿਲਾਂ ਤਾਂ ਨਿਕਲਦੇ ਨਹੀਂ, ਅੱਗੋਂ ਝਗੜਦੇ ਨੇ, ਉਹ ਨਹੀਂ ਛੱਡਣਗੇ, ਬੜਾ ਪੁਰਾਣਾ ਵਸੇਬਾ ਉਹਨਾਂ ਦਾ, ਤਾਂ ਉਹ ਨਿਕਲਣਗੇ ਨਹੀਂ ਬਾਹਰ। ਉਹਨਾਂ ਨਾਲ ਉੱਥੇ ਖਿੱਚਾ ਤਾਣੀ ਹੋਵੇਗੀ, ਤੇ ਜਦੋਂ ਉੱਥੇ ਯੁੱਧ ਹੋਏਗਾ ਉਹਦੀ ਆਵਾਜ਼ ਤਾਂ ਆਏਗੀ। ਉਸ ਆਵਾਜ਼ ਨੂੰ ਲੋਕ ਅੱਜ ਕੱਲ੍ਹ ਅਨਹਦ ਕਹਿੰਦੇ ਨੇ ਬਹੁਤ ਜ਼ਿਆਦਾ। ਅਜੇ ਤਾਂ ਅੰਦਰ ਬਿਮਾਰੀ ਪਈ ਹੈ, ਅਜੇ ਕਿੱਥੇ ਨਾਮ ਪ੍ਰਗਟ ਹੋਇਆ? ਤਾਂ ਉਸ ਵੇਲੇ ਗੁਰੂ ਸਾਹਿਬ ਨੇ ਕਿਹਾ ਕਿ ਇਹ ਜਿਹੜੇ ਅੰਦਰ ਬੋਲਦੇ ਨੇ ਭਾਈ, ਇਹ ਪੁਰਾਣੇ ਜਨਮਾਂ ਦੀਆਂ ਸੁਰਤੀਆਂ, ਅੰਦਰ ਜਾਨਵਰਾਂ ਦੀ ਅੰਦਰ ਸੁਰਤ ਪਈ ਹੋਈ ਏ। ਜਦੋਂ ਅੰਦਰ ਸ਼ਬਦ ਜਾਏਗਾ ਨਾ, ਤੇ ਅੰਦਰ ਨੇ ਸਾਫ਼ ਹੋਣਾ, ਪਹਿਲਾਂ ਅੰਦਰੋਂ ਇਹ ਚੀਜ਼ਾਂ ਬਾਹਰ ਨਿਕਲਣਗੀਆਂ। ਜਦੋਂ ਅੰਦਰ ਸ਼ੁੱਧ ਹੋ ਗਿਆ, ਅੰਦਰ ਸਾਫ਼ ਹੋ ਗਿਆ, ਅੰਦਰ ਧੁੱਪ ਗਿਆ, ਤੇ ਉਹ ਅੰਦਰ ਹੋਰ ਕਿਸੇ ਚੀਜ਼ ਨਾਲ ਨਹੀਂ ਧੁੱਪਣਾ, ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਗੁਰੂ ਕੇ ਸ਼ਬਦ ਤੋਂ ਬਿਨਾਂ। ਜਦੋਂ ਅੰਦਰ ਧੁੱਪ ਗਿਆ ਤਾਂ ਫਿਰ ਆਪਣੇ ਆਪੇ ਦੇ ਵਿੱਚੋਂ ਹੀ ਉਹ ਮਿਲ ਗਿਆ ਜਿਹਨੂੰ ਬੰਦਾ ਬਾਹਰੋਂ ਲੱਭਦਾ ਸੀ। ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਕਾਈ ਕਹਿੰਦੇ ਨੇ ਜਾਲੇ ਨੂੰ। ਗੁਰੂ ਸਾਹਿਬ ਕਹਿੰਦੇ ਨੇ ਕਿਸੇ ਚੀਜ਼ ਦੇ ਉੱਤੇ ਜਾਲਾ ਲੱਗ ਜਾਏ ਤਾਂ ਉਹ ਵਸਤੂ ਨਹੀਂ ਦਿਸਦੀ, ਭਾਵੇਂ ਸ਼ੀਸ਼ੇ ਕਿਉਂ ਨਾ ਹੋਵੇ, ਉਹਦੇ ਵਿੱਚੋਂ ਦਿਸਣਾ ਬੰਦ ਹੋ ਜਾਂਦਾ। ਸਾਡੇ ਜੀਵਨ ਦੇ ਉੱਤੇ ਸੰਸਾਰ ਦੀ ਪਕੜ ਦਾ ਜਾਲਾ ਲੱਗ ਗਿਆ, ਉਹ ਅੰਦਰ ਦੱਬੀ ਗਈ, ਉਹਦੇ ਵਿੱਚੋਂ ਦਿਸਦਾ ਹੀ ਕੁਝ ਨਹੀਂ, ਅੰਧ ਗੁਬਾਰ ਹੈ, ਅੰਦਰ ਹਨੇਰਾ ਹੈ, ਅੰਦਰ ਮੈਲ ਪਈ ਹੋਈ ਹੈ। ਤਾਂ ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੈ ਨਿਤ ਭੇਡ, ਭੇਡ ਦਾ ਬੱਚਾ ਲੇਲਾ,
ਉਹਨੇ ਭੇਡ ਨੂੰ ਚੁੰਘਣਾ ਸੀ। ਇਹਦੇ ਅਰਥ ਕੀਤੇ ਨੇ ਵਿਦਵਾਨਾਂ ਨੇ, ਕਹਿਣ ਲੱਗੇ ਜਿਹੜੀ ਮਤ ਹੈ ਮਨ ਉਹਦਾ ਬੱਚਾ ਹੈ, ਮਤ ਯਾਨੀ ਕਿ ਭੇਡ, ਮਨ ਯਾਨੀ ਕਿ ਉਹਦਾ ਬੱਚਾ ਲੀਲਾ ਜਿਹੜਾ ਹੈ। ਪਹਿਲਾਂ ਮਤ ਸੀ ਫਿਰ ਮਨ ਪੈਦਾ ਹੋਇਆ। ਇਹ ਤਰਤੀਬ ਵਾਰ ਨੇ, ਬੜਾ ਲੰਮਾ ਵਿਸ਼ਾ ਹੈ, ਮੈਂ ਫਿਰ ਕਿਸੇ ਦਿਨ ਯਤਨ ਕਰਾਂਗਾ ਕਿ ਇਹ ਚੀਜ਼ਾਂ ਸਾਰੀਆਂ ਤਰਤੀਬ ਵਿੱਚ ਜੁੜੀਆਂ ਹੋਈਆਂ ਨੇ। ਸਭ ਤੋਂ ਪਹਿਲਾਂ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਮੂਲ ਦੇ ਵਿੱਚੋਂ ਫਿਰ ਅੱਗੇ ਪੈਦਾ ਹੋਈ ਜਿਸ ਨੂੰ ਬੁੱਧੀ ਕਹਿੰਦੇ ਨੇ, ਬੁੱਧੀ ਦੇ ਵਿੱਚੋਂ ਮਨ ਪੈਦਾ ਹੋਇਆ। ਮਨ ਦਾ ਸੰਬੰਧ ਅੱਗੇ ਸਾਡੇ ਸਰੀਰ ਦੇ ਇੰਦਰੀਆਂ ਦੇ ਨਾਲ, ਇਸ ਤਰ੍ਹਾਂ ਇਹ ਜੋੜ ਜੋੜਿਆ ਪਰਮਾਤਮਾ ਨੇ। ਉਹ ਕਹਿੰਦੇ ਬੁੱਧੀ ਮਾਂ ਸੀ, ਬੁੱਧੀ ਜਿਹੜੀ ਹੈ ਇਸਤਰੀ ਲਿੰਗ ਹੈ, ਧਿਆਨ ਦੇਣਾ, ਬੁੱਧੀ ਜਿਹੜੀ ਹੈ ਇਹ ਅੰਦਰਲੇ ਪਰਮਾਤਮਾ ਦੀ ਜੋਤ ਦੀ ਧੀ ਹੈ। ਇਉਂ ਕਹਿ ਲਈਏ, ਬੁੱਧੀ ਧੀ ਸ਼ਬਦ ਵਰਤਣੇ ਨਾ ਆਪਾਂ ਪੰਜਾਬੀ ਵਿੱਚ, ਇਹ ਧੀ ਤੋਂ ਸ਼ਬਦ ਬਣਿਆ, ਬੱਚੀ ਹੈ। ਬੁੱਧੀ ਜਿਹੜੀ ਹੈ ਉਹ ਸਾਡੇ ਆਤਮ ਦੀ ਉਹਦੀ ਧੀ ਹੈ, ਤੇ ਬੁੱਧੀ ਦਾ ਅੱਗੋਂ ਬੱਚਾ ਹੈ ਮਨ। ਕਬੀਰ ਜੀ ਕਹਿੰਦੇ ਨੇ ਬੁੱਧੀ ਦੇ ਪਿੱਛੇ ਮਨ ਨੇ ਤੁਰਨਾ ਸੀ ਜੋ ਕੁਝ ਬੁੱਧੀ ਕਹਿੰਦੀ, ਪਰ ਇੱਥੇ ਕੀ ਹੋਇਆ, ਬੁੱਧੀ ਮਨ ਦੇ ਪਿੱਛੇ ਤੁਰ ਪਈ। ਇਸ ਕਰਕੇ ਭੇਡ ਬੱਚੇ ਨੂੰ ਚੁੰਘ ਰਹੀ ਹੈ, ਬੁੱਧੀ ਮਨ ਦੇ ਪਿੱਛੇ ਤੁਰ ਰਹੀ ਹੈ ਤਾਂ ਗਲਤ ਜਾਏਗੀ। ਕਹੋ ਕਬੀਰ ਪ੍ਰਗਟ ਪਈ ਖੇਡ ਲੇਲੇ ਕੋ ਚੁੰਘੈ ਨਿਤ ਭੇਡ। ਇੱਥੋਂ ਤੱਕ ਇਹ ਸ਼ਬਦ ਕਬੀਰ ਜੀ ਦਾ ਹੈ। ਅੱਗੇ ਇਹਦੇ ਨਾਲ ਜਿਹੜੀ ਅਖੀਰਲੀ ਪੰਕਤੀ ਹੈ ਉਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਹੈ। ਉਹ ਕਹਿੰਦੇ ਨੇ ਰਾਮ ਰਮਤ ਮਤ ਪ੍ਰਗਟੀ ਆਈ, ਕਹੋ ਕਬੀਰ ਗੁਰ ਸੋਝੀ ਪਾਈ। ਇਹ ਗੁਰੂ ਅਰਜਨ ਦੇਵ ਜੀ ਨੇ ਆਪ ਪਾਇਆ ਵਿੱਚ, ਕਿਉਂਕਿ ਉੱਪਰ ਜਿਹੜਾ ਹੈਡਿੰਗ ਹੈ ਸਿਰਲੇਖ ਉਹਦੇ ਉੱਤੇ ਲਿਖਿਆ ਹੋਇਆ ਗੌੜੀ ਕਬੀਰ ਜੀ ਰਲਾਏ ਕੇ ਲਿਖਿਆ ਮਹੱਲਾ ਪੰਜਵਾਂ, ਰਲਾਇਆ। ਪਰ ਇੱਥੇ ਵੇਖੋ ਇੱਕ ਕਮਾਲ ਦੀ ਇੱਕ ਇਹਦੇ ਵਿੱਚੋਂ ਦਿਸਦਾ ਜੋ ਕੁਝ, ਗੁਰੂ ਅਰਜਨ ਦੇਵ ਜੀ ਨੇ ਖਿਆਲ ਜ਼ਰੂਰ ਪਾਇਆ ਪਰ ਨਾਮ ਨਹੀਂ ਆਪਣਾ ਪਿੱਛੇ ਪਾਇਆ। ਜਿਹੜੀ ਪਿਛਲੀ ਪੰਕਤੀ ਹੈ ਨਾ, ਰਾਮ ਰਮਤ ਮਤ ਪ੍ਰਗਟੀ ਆਈ, ਕਹੋ ਕਬੀਰ ਗੁਰ ਸੋਝੀ ਪਾਈ, ਇਹਦੇ ਵਿੱਚ ਖਿਆਲ ਗੁਰੂ ਅਰਜਨ ਦੇਵ ਜੀ ਦਾ ਆਪਣਾ ਹੈ ਪਰ ਸ਼ਬਦ ਕਬੀਰ ਜੀ ਦਾ ਹੋਣ ਕਰਕੇ ਵਿੱਚ ਨਾਮ ਨਾਨਕ ਮੋਹਰ ਨਹੀਂ ਲਾਈ, ਕਬੀਰ ਸ਼ਬਦ ਵਰਤਿਆ ਹੈ, ਕਬੀਰ ਲਫ਼ਜ਼ ਕਿਹਾ ਹੈ। ਸਾਨੂੰ ਸਮਝਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਨੇ ਕਿਵੇਂ ਅਧਿਕਾਰ ਦਿੱਤੇ ਨੇ ਸਾਨੂੰ, ਜਿਹਦਾ ਅਧਿਕਾਰ ਹੈ ਉਹਦਾ ਹੱਕ ਨਹੀਂ ਖੋਇਆ ਬਿਲਕੁਲ। ਤਾਂ ਸਤਿਗੁਰੂ ਕਹਿ ਰਹੇ ਨੇ ਕਿ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਨਾਨਕ ਪਰਖੇ ਆਪ ਕਹੋ, ਆਪਣੇ ਆਪ ਨੂੰ ਵੇਖ ਪਹਿਲਾਂ ਤਾਂ ਪਾਰਖ ਜਾਣ ਫਿਰ ਤੂੰ ਪਾਰਖੂ ਹੈ। ਆਪਣੇ ਆਪ ਨੂੰ ਵੇਖ, ਪਹਿਲਾਂ ਆਪਣੇ ਮਨ ਨੂੰ ਸਮਝਾ। ਗੁਰੂ ਅਰਜਨ ਦੇਵ ਜੀ ਨੇ ਬੜੀ ਸੌਖੀ ਜੁਗਤ ਦੱਸੀ, ਬੜਾ ਸੌਖਾ ਤਰੀਕਾ ਦੱਸ ਦਿੱਤਾ। ਕਹਿਣ ਲੱਗੇ ਸੋ ਪੰਡਿਤ ਜੋ ਮਨ ਪ੍ਰਬੋਧ ਹੈ, ਪ੍ਰਬੋਧ ਦਾ ਅਰਥ ਉਪਦੇਸ਼ ਦੇਣਾ ਹੈ, ਜਿਹੜਾ ਉਪਦੇਸ਼ ਤੈਨੂੰ ਮਿਲਦਾ ਹੈ ਉਹ ਆਪਣੇ ਆਪ ਨੂੰ ਵੀ ਸੁਣਾ। ਇਸ ਲਈ ਸਿਆਣਿਆਂ ਦਾ ਇੱਕ ਵਿਚਾਰ ਹੈ, ਉਹ ਕਹਿੰਦੇ ਨੇ ਵੈਸੇ ਵਕਤਾ ਤੇ ਸਰੋਤਾ ਦੋ ਹੁੰਦੇ ਨੇ, ਵਕਤਾ ਦਾ ਅਰਥ ਹੈ ਬੋਲਣ ਵਾਲਾ, ਸਰੋਤਾ ਦਾ ਅਰਥ ਹੈ ਸੁਣਨ ਵਾਲਾ। ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਸਿੱਖਾ ਜੇ ਤੂੰ ਵਕਤਾ ਬਣਨਾ ਤੇ ਨਾਲ ਸਰੋਤਾ ਵੀ ਆਪ ਬਣੀ।
ਜੋ ਕੁਝ ਤੂੰ ਕਹਿੰਦਾ ਆਪ ਵੀ ਸੁਣੀ ਉਹਨੂੰ ਕੀ ਕਹਿ ਰਿਹਾ। ਵਕਤਾ ਤੇ ਸਰੋਤਾ ਇੱਕ ਹੋ ਜਾਣਾ, ਇਹਨੂੰ ਕਹਿੰਦੇ ਨੇ ਸ਼ਬਦ ਤੇ ਸੁਰਤ ਦਾ ਇੱਕ ਹੋ ਜਾਣਾ। ਆਪਣੇ ਆਪ ਨੂੰ ਵੇਖ, ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਦਮ ਮੈਂ ਸੁਧ ਹੈ। ਆਪਣੇ ਆਪ ਨੂੰ ਕਿਵੇਂ ਵੇਖੀਏ, ਮਨ ਨੂੰ ਕਿਵੇਂ ਉਪਦੇਸ਼ ਦੇਈਏ, ਮਨ ਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਜਪੇ, ਸੋਧੇ ਉਸਨੂੰ। ਰਾਮ ਨਾਮ ਆਤਮ ਮੈਂ ਸੁਧ ਹੈ, ਰਾਮ ਨਾਮ ਸਾਰ ਰਸ ਪੀਵੈ। ਫਿਰ ਜਦੋਂ ਉਹ ਅੰਦਰ ਨਾਮ ਨੂੰ ਰਿੜਕੇਗਾ, ਉਹਦੇ ਵਿੱਚੋਂ ਰਸ ਪੈਦਾ ਹੋਏਗਾ, ਫਿਰ ਉਸ ਰਸ ਨੂੰ ਪੀਵੇ ਬੰਦਾ। ਜ਼ਰੂਰੀ ਨਹੀਂ ਕਿ ਸੰਸਾਰ ਦੇ ਰਸ ਨੇ, ਸੰਸਾਰ ਦੀਆਂ ਬੋਤਲਾਂ ਨੇ, ਸੰਸਾਰ ਦੇ ਠੇਕੇ ਨੇ। ਪਰਮਾਤਮਾ ਦਾ ਵੀ ਕੋਈ ਠੇਕਾ ਹੈ, ਕਿਸੇ ਨੂੰ ਉਹਦਾ ਦਰਵਾਜ਼ਾ ਲੱਭ ਜਾ ਸਹੀ, ਉਹਦੇ ਕੋਲ ਵੀ ਕੋਈ ਰਸ ਨਸ਼ਾ ਹੈ। ਅਤੇ ਜਿੰਨਾ ਚਿਰ ਉਹ ਨਹੀਂ ਮਿਲਦਾ, ਉਹਨਾਂ ਚਿਰ ਸੰਸਾਰ ਨਹੀਂ ਛੁੱਟਦਾ, ਕਿਉਂਕਿ ਬੰਦੇ ਨੂੰ ਰਸ ਚਾਹੀਦਾ ਜਿਉਣ ਵਾਸਤੇ। ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ। ਉਹ ਬੋਲਦਾ ਕਿ ਨਹੀਂ, ਬੋਲੇ ਤਾਂ ਵੀ ਚੰਗੀ ਗੱਲ, ਪਰ ਉਹ ਚੁੱਪ ਵੀ ਰਹਿ ਜਾ ਤਾਂ ਵੀ ਪ੍ਰਚਾਰਕ ਹੈ। ਉਹਦਾ ਚੁੱਪ ਹੋਣਾ ਵੀ ਸੰਦੇਸ਼ ਦੇ ਜਾਂਦਾ ਹੈ, ਉਹਦਾ ਤੁਰਨਾ ਵੀ ਇੱਕ ਕਥਾ ਬਣ ਜਾਂਦੀ ਹੈ, ਉਹਦਾ ਵੇਖਣਾ, ਉਹਦੀ ਰੋਟੀ ਖਾਣੀ, ਉਹਦੇ ਕੱਪੜੇ ਪਹਿਨਣੇ, ਸਭ ਕੁਝ ਉਪਦੇਸ਼ ਹੀ ਬਣ ਜਾਏਗਾ। ਕਿਉਂਕਿ ਜੋ ਕੁਝ ਸਾਡੇ ਅੰਦਰ ਹੁੰਦਾ ਹੈ, ਉਹ ਬਾਹਰ ਆਪਣੇ ਆਪ ਵੰਡਿਆ ਜਾਂਦਾ ਹੈ। ਆਹ ਇੱਕ ਸ਼ਬਦ ਆਉਂਦਾ ਨਾ, ਅਸੀਂ ਕਹਿੰਦੇ ਹਾਂ ਸਿੱਖ ਉਹ ਹੈ ਜੋ ਆਪ ਜਪੈ ਅਵਰੈ ਨਾਮ ਜਪਾਵੈ। ਪਰ ਇੱਥੇ ਧਿਆਨ ਦੇਣਾ, ਗੁਰੂ ਸਾਹਿਬ ਨੇ ਕਿਹਾ ਦੂਜੇ ਨੂੰ ਤਾਂ ਹੀ ਦਏਗਾ ਨਾ ਜੇ ਤੇਰੇ ਕੋਲ ਹੋਏਗਾ। ਤੇ ਇਕੱਲਾ ਬੋਲਣ ਨਾਲ ਜਪਾਇਆ ਨਹੀਂ ਜਾਂਦਾ, ਇਕੱਲਾ ਬੋਲਣ ਨਾਲ ਨਹੀਂ ਹੈ, ਹਜ਼ਾਰਾਂ ਲੋਕ ਬੋਲ ਰਹੇ ਨੇ, ਇਹ ਜਪਾਉਣਾ ਨਹੀਂ ਧਿਆਨ ਦੇਣਾ। ਇੱਕ ਪ੍ਰਕਿਰਿਆ ਹੈ ਸੰਗਤ ਦੀ, ਠੀਕ ਹੈ, ਕਰਨਾ ਚਾਹੀਦਾ, ਸੰਗਤੀ ਰੂਪ ਵਿੱਚ ਜਪਣਾ ਚਾਹੀਦਾ। ਜਪਾਉਣ ਦੇ ਅਰਥ ਨੇ ਕਿ ਕਿਸੇ ਰੁਕੇ ਹੋਏ ਮਨ ਦੇ ਅੰਦਰ ਰੌਣ ਨੂੰ ਤੋੜ ਦੇਣਾ। ਅੰਦਰ ਜਿਹੜਾ ਰੁਕਿਆ ਹੋਇਆ ਨਾ ਜੀਵਨ, ਜਿਹੜਾ ਕਦੀ ਉਤਸ਼ਾਹ ਆਇਆ ਹੀ ਨਹੀਂ। ਆ ਪ੍ਰੋਫੈਸਰ ਪੂਰਨ ਸਿੰਘ ਹੋਰੀ ਗਏ ਸਨ ਭਾਈ ਵੀਰ ਸਿੰਘ ਜੀ ਦੇ ਕੋਲ, ਬੜੇ ਵਿਦਵਾਨ ਸਨ ਪਰ ਕੇਸ ਕੱਟੇ ਹੋਏ। ਭਾਈ ਵੀਰ ਸਿੰਘ ਜੀ ਵਾਰ ਵਾਰ ਉਹਨਾਂ ਵੱਲ ਦੇਖ ਰਹੇ, ਇੱਕ ਸਟੇਜ ਤੇ ਇਕੱਠੇ ਹੋਏ ਸਨ, ਤੇ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੂੰ ਪਤਾ ਸੀ ਭਾਈ ਵੀਰ ਸਿੰਘ ਜੀ ਦਾ ਕਿ ਬੜੇ ਵੱਡੇ ਲਿਖਾਰੀ ਨੇ, ਸੰਤ ਨੇ, ਕਵੀ ਨੇ। ਉਹਨਾਂ ਦਾ ਵੀ ਮਨ ਕਰੇ ਵੀ ਮੈਂ ਇਹਨਾਂ ਦੇ ਕੋਲ ਜਾਵਾਂ, ਕੋਈ ਅੰਦਰੋਂ ਉਹਨਾਂ ਨੂੰ ਖਿੱਚ ਪਾ ਰਿਹਾ ਸੀ। ਜਦੋਂ ਨੇੜੇ ਗਏ, ਪਿਆਰ ਨਾਲ ਝੁੱਕ ਕੇ ਨਮਸਕਾਰ ਫਤਿਹ ਬੁਲਾਈ, ਤੇ ਭਾਈ ਸਾਹਿਬ ਨੇ ਮੂੰਹ ਤੇ ਹੱਥ ਮਾਰਿਆ, ਕਹਿਣ ਲੱਗੇ ਆਹ ਕੀ ਕੀਤਾ ਹੋਏ, ਕੇਸ ਕੱਟੇ ਸੀ। ਬਸ ਉਹ ਹੱਥ ਐਸਾ ਫਿਰਿਆ ਵੀ ਫਿਰ ਉਹ ਪੂਰਨ ਸਿੰਘ, ਪ੍ਰੋਫੈਸਰ ਪੂਰਨ ਸਿੰਘ ਬਣ ਗਿਆ। ਉਹਨੇ ਫਿਰ ਸਿੱਖੀ ਦੀ ਵਿਆਖਿਆ ਕੀਤੀ, ਟੈਨ ਮਾਸਟਰ ਉਹਦੀ, ਉਹਨਾਂ ਦੀ ਕਿਤਾਬ, ਹੋਰ 10 ਗੁਰੂਆਂ ਦੀ ਜੀਵਨੀ, ਬੜੇ ਬੜੇ ਲੰਮੇ ਲੇਖ ਲਿਖੇ ਉਹਨਾਂ ਨੇ। ਤਾਂ ਉਹ ਵਿਸ਼ਾ ਉਹ ਹੈ ਜਪਾਉਣ ਦਾ ਵਿਸ਼ਾ, ਜਿੱਥੇ ਉਹਦਾ ਹੱਥ ਫਿਰ ਗਿਆ ਉੱਥੇ ਕੁਝ ਨਾ ਕੁਝ ਉੱਗੇਗਾ ਜ਼ਰੂਰ, ਭਾਵੇਂ ਅੱਜ ਨਹੀਂ ਸਮਾਂ ਪਾ ਕੇ ਉੱਗ ਜਾਏਗਾ। ਉਸ ਨੂੰ ਕਹਿੰਦੇ ਨੇ ਜਪਾਉਣਾ। ਤਾਂ ਗੁਰੂ ਸਾਹਿਬ ਨੇ ਕਿਹਾ ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਵਸਾਏ। ਜਿਹੜੀ ਵਾਹਿਗੁਰੂ ਦੀ ਕਥਾ ਹੈ ਦਿਮਾਗ ਵਿੱਚ ਨਾ ਵਸਾਏ, ਹਿਰਦੇ ਵਿੱਚ ਵਸਾਏ, ਦਿਮਾਗ ਵਿੱਚ ਯਾਦ ਰੱਖੀ ਜਾ ਸਕਦੀ। ਬੜੀਆਂ ਚੀਜ਼ਾਂ ਅਸੀਂ ਯਾਦ ਕੀਤੀਆਂ ਨੇ ਹੁਣ ਤੱਕ,
ਬੜੇ ਬੜੇ ਲੋਕਾਂ ਨੇ ਯਾਦ ਕਰਾ ਦਿੱਤੀਆਂ ਨੇ, ਫਿਰ ਇਸ ਸ਼ਹਿਰ ਦੇ ਵਿੱਚ ਤਾਂ ਤੁਸੀਂ ਬੜਾ ਕੁਝ ਯਾਦ ਕਰ ਲਿਆ। ਮੈਂ ਸੁਣਿਆ ਵੀ ਅੱਧਾ ਸ਼ਹਿਰ ਕਥਾਵਾਚਕ ਹੈ, ਸਾਰੀਆਂ ਗੱਲਾਂ ਯਾਦ ਨੇ। ਜਦੋਂ ਮੈਂ ਪਹਿਲਾਂ ਆਇਆ, ਕਹਿੰਦੇ ਨੇ ਜੀ ਦੇਖ ਕੇ ਬੋਲਣਾ, ਸਾਰੇ ਕਥਾਵਾਚਕ ਨੇ। ਮੈਂ ਚੰਗੀ ਗੱਲ, ਔਰ ਜਿਹੜਾ ਸ਼ਬਦ ਬੋਲਣਾ ਉਹਨਾਂ ਨੂੰ ਪਹਿਲਾਂ ਯਾਦ, ਨਾਲ ਨਾਲ ਬੋਲਣਾ। ਤਾਂ ਬਾਣੀ ਕੰਠ ਕਰਨੀ ਚੰਗੀ ਗੱਲ ਹੈ, ਯਾਦ ਕਰਨੀ ਇੱਕ ਬੜੀ ਵੱਡੀ ਗੱਲ ਹੈ। ਪਰ ਫਿਰ ਉਹ ਹੀ ਆਦਮੀ ਇਹ ਕਿਉਂ ਕਹਿੰਦਾ ਵੀ ਅੰਦਰ ਨਹੀਂ ਟਿਕਦਾ, ਮਨ ਨਹੀਂ ਟਿਕਦਾ? ਯਾਦ ਤਾਂ ਬੜਾ ਕੁਝ ਹੈ, ਚੀਜ਼ਾਂ ਬੜੀਆਂ ਯਾਦ ਨੇ, ਉਹ ਚੀਜ਼ ਨਹੀਂ ਲੱਭਦੀ ਜੋ ਕੁਝ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ। ਇਹਦਾ ਮਤਲਬ ਯਾਦ ਸ਼ਕਤੀ ਵਿੱਚ ਉੱਤੇ, ਦਿਮਾਗ ਵਿੱਚ, ਚੇਤੇ ਸ਼ਕਤੀ ਵਿੱਚ ਵਸਾ ਲਿਆ, ਹਿਰਦੇ ਵਿੱਚ ਨਹੀਂ ਵਸਾਇਆ। ਜਿਹੜੀ ਚੀਜ਼ ਹਿਰਦੇ ਵਿੱਚ ਵਸੀ ਹੋਏਗੀ ਉਹ ਖਬਰ ਬਣ ਕੇ ਬੋਝ ਨਹੀਂ ਬਣੇਗੀ, ਅੰਦਰ ਬਣੀ ਰਹੇਗੀ ਆਪਣੇ ਆਪ, ਉਹਦਾ ਬੋਝ ਨਹੀਂ ਲੱਗੇਗਾ, ਉਹ ਰਸ ਬਣ ਜਾਏਗੀ। ਹਰ ਕੀ ਕਥਾ ਹਿਰਦੈ ਵਸਾਵੈ, ਕਥਾ ਦਾ ਮਤਲਬ ਇਹ ਹੈ ਕਿੰਨਾ ਕੁਝ ਸੁਣੇ, ਕਿੰਨਾ ਕੁਝ ਸੁਣੇ ਪਰ ਅੰਦਰ ਇੱਕ ਹੀ ਰਹਿ ਜਾਏ। ਕਿੰਨੀਆਂ ਵਿਚਾਰਾਂ ਹੋਣ, ਹਜ਼ਾਰਾਂ ਦੀ ਗਿਣਤੀ ਵਿੱਚ, ਲੱਖਾਂ ਦੀ ਗਿਣਤੀ ਵਿੱਚ, ਅਤੇ ਉਹ ਜਦੋਂ ਬੰਦ ਹੋਵੇ ਤਾਂ ਉਹਦਾ ਇੱਕ ਮਜ਼ਬੂਨ, ਇੱਕ ਵਜੂਦ, ਇੱਕ ਪ੍ਰਭਾਵ ਰਹਿ ਜਾਏ ਸਿਰਫ ਮਨ ਦੇ ਉੱਤੇ, ਬਾਕੀ ਹੋਰ ਕੋਈ ਵਿਚਾਰ ਨਾ ਬਚੇ। ਉਹਨੂੰ ਕਹਿੰਦੇ ਹਰ ਕੀ ਕਥਾ ਹਿਰਦੈ ਵਸਾਵੈ, ਸੋ ਪੰਡਿਤ ਫਿਰ ਜੂਨ ਨਾ ਆਵੈ, ਵੇਦ ਪੁਰਾਣ ਸਿਮਰਤ ਬੁੱਝੈ ਮੂਲ। ਇਹ ਵੇਦ, ਸਿਮਰਤੀਆਂ, ਪੁਰਾਣ, ਧਾਰਮਿਕ ਉਪਦੇਸ਼ ਕਿੱਥੋਂ ਆਏ ਨੇ? ਮੂਲ ਸ਼ਬਦ ਵਿੱਚੋਂ ਆਏ ਨੇ ਸਾਰੇ, ਇਸ ਲਈ ਸ਼ਬਦ ਸਭ ਤੋਂ ਵੱਡਾ ਹੈ, ਨਾਮ ਸਭ ਤੋਂ ਵੱਡਾ ਹੈ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੱਗ ਵੇਦ ਉਪਾਏ, ਇਹਦੇ ਵਿੱਚੋਂ ਆਇਆ ਸਾਰਾ ਕੁਝ। ਵੇਦ ਪੁਰਾਣ ਸਿਮਰਤ ਬੁੱਝੈ ਮੂਲ, ਹੁਣ ਇਹ ਵੇਖੋ ਬਈ ਵੇਦ ਸਮਝਣੇ ਨੇ ਜਾਂ ਨਾਮ ਨਾਲ ਜੁੜਨਾ ਹੈ? ਜੇ ਨਾਮ ਨਾਲ ਜੁੜਨਾ ਹੈ ਤਾਂ ਵੇਦ ਸਮਝ ਵਿੱਚ ਆ ਜਾਣਗੇ, ਉਪਦੇਸ਼ ਸਮਝ ਵਿੱਚ ਆ ਜਾਣਗੇ, ਉਪਦੇਸ਼ਾਂ ਦਾ ਪਤਾ ਲੱਗ ਜਾਏਗਾ। ਅਤੇ ਜੇ ਸਾਰੇ ਉਪਦੇਸ਼ ਪੜ੍ਹ ਕੇ ਯਾਦ ਵੀ ਕਰ ਲਏ, ਸਮਝ ਵੀ ਲਏ, ਨਾਮ ਨਾ ਆਇਆ ਤਾਂ ਉਹ ਸ਼ਬਦ ਸਾਡਾ ਕੁਝ ਨਹੀਂ ਕਰਨਗੇ, ਉਹ ਜਾਣਕਾਰੀ ਸਾਡਾ ਕੁਝ ਨਹੀਂ ਸਵਾਰੇਗੀ, ਮਨੁੱਖ ਫਿਰ ਉੱਥੇ ਖੜਾ ਹੋ ਜਾਏਗਾ। ਤਾਂ ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਉਹਨਾਂ ਦਾ ਮੂਲ ਹੈ ਨਾਮ, ਸ਼ਬਦ ਜਿਹੜਾ ਹੈ, ਸ਼ਬਦ ਗੁਰੂ। ਵੇਦ ਪੁਰਾਣ ਸਿਮਰਤ ਬੁੱਝੈ ਮੂਲ, ਸੂਖਮ ਮੈਂ ਜਾਣੈ ਅਸਥੂਲ। ਆਹ ਜਿਹੜਾ ਅਸਥੂਲ ਸੰਸਾਰ ਦਿਸ ਰਿਹਾ ਹੈ, ਆਹ ਤੁਰਦੇ ਹੋਏ ਸਰੀਰ, ਦਿਸਦਾ ਹੋਇਆ ਪਸਾਰਾ, ਇਸ ਗੱਲ ਨੂੰ ਸਮਝ ਲਵੇ ਕਿ ਕਿਸੇ ਸੂਖਸ਼ਮ ਸ਼ਕਤੀ ਨੇ ਇਹਨੂੰ ਆਪਣੇ ਵਿੱਚ ਸੰਭਾਲਿਆ ਹੋਇਆ, ਪਰੋਇਆ ਹੋਇਆ। ਸੂਖਮ ਮੈਂ ਜਾਣੈ ਅਸਥੂਲ, ਚਹੁ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਆਦੇਸ਼। ਐਸੇ ਪੰਡਿਤ ਨੂੰ ਸਦਾ ਆਦੇਸ਼ ਹੈ, ਨਮਸਕਾਰ ਹੈ, ਜਿਹਦਾ ਉਪਦੇਸ਼ ਭਾਵੇਂ ਇੱਕ ਧਰਮ ਵਾਸਤੇ ਹੀ ਹੋਵੇ ਪਰ ਦੂਸਰੇ ਵੀ ਉਹਦੇ ਤੋਂ ਲਾਭ ਲੈ ਜਾਣ, ਉਹਨਾਂ ਨੂੰ ਵੀ ਫਾਇਦਾ ਮਿਲ ਜਾਏ। ਤਾਂ ਐਸਾ ਪਾਰਕੂ ਗੁਰੂ ਸਾਹਿਬ, ਗੁਰੂ ਅੰਗਦ ਦੇਵ ਜੀ ਕਹਿੰਦੇ ਨਾਨਕ ਪਰਖੇ ਆਪ ਕਹੋ ਤਾਂ ਪਾਰਖ ਜਾਣ, ਰੋਗ ਦਾਰੂ ਦੋਵੇਂ ਬੁਝੈ ਤਾਂ ਵੈਦ ਸੁਜਾਣ। ਇਸ ਤਰ੍ਹਾਂ ਦਾ ਮਨੁੱਖ ਹੋਵੇ, ਇਸ ਤਰ੍ਹਾਂ ਦਾ ਗਿਆਨਵਾਨ ਵਿਅਕਤੀ ਹੋਵੇ ਜਿਹੜਾ ਸਮੇਂ ਦੀ ਹਾਲਾਤ ਦੀ ਨਬਜ਼ ਵੇਖ ਲਵੇ ਵੀ ਹੁਣ ਇਸ ਮਰੀਜ਼ ਦੀ ਬਿਮਾਰੀ ਕੀ ਹੈ ਔਰ ਇਹਨੂੰ ਦਵਾਈ ਕਿਹੜੀ ਚਾਹੀਦੀ,
ਜਿਹਦੇ ਕੋਲ ਸਿਲੈਕਸ਼ਨ ਦੀ ਸ਼ਕਤੀ ਹੋਵੇ, ਜੋ ਚੁਣ ਸਕਦਾ ਹੋਵੇ। ਹੁਣ ਦਵਾਈਆਂ ਤਾਂ ਸਾਰੀਆਂ ਪਈਆਂ ਨੇ, ਸਾਰੀਆਂ ਦਵਾਈਆਂ ਇੱਕ ਥਾਂ 'ਤੇ ਰੱਖ ਦਿਓ ਇੱਕ ਸਟੋਰ ਦੇ ਅੰਦਰ, ਉੱਥੇ ਰੋਗੀ ਆ ਜਾਏ, ਹੁਣ ਸਾਰੀਆਂ ਦਵਾਈਆਂ ਇੱਕ ਪਾਸੋਂ ਖਵਾਉਣੀਆਂ ਸ਼ੁਰੂ ਕਰ ਦਿਓ ਉਸਨੂੰ, ਉਹ ਮਰੀਜ਼ ਤਾਂ ਮਰ ਜਾਏਗਾ। ਇਹਦਾ ਦੇਖੋ ਇਹਨੂੰ ਤਜਰਬਾ ਕਰਕੇ ਵੀ ਕਿਹੜੀ ਦਵਾਈ ਲੱਗਦੀ। ਕਈ ਡਾਕਟਰ ਇਸ ਤਰ੍ਹਾਂ ਦੇ ਵੀ ਹੁੰਦੇ ਕਿ ਉਹ ਤਜਰਬਾ ਕਰਨਾ ਸ਼ੁਰੂ ਕਰਦੇ, 5 ਦਵਾਈਆਂ ਹੁੰਦੀਆਂ ਉਹਨਾਂ ਕੋਲ, ਨੰਬਰ 1 ਦੇ ਦਿੱਤੀ ਇੱਕ ਦਿਨ, ਜੇ ਠੀਕ ਹੋ ਗਿਆ ਫਿਰ ਠੀਕ ਹੈ, ਜੇ ਨਹੀਂ ਫਿਰ ਦੂਸਰੇ ਦਿਨ ਦੂਜੀ, ਤੀਸਰੇ ਦਿਨ ਤੀਸਰੀ। ਤਾਂ ਇਸ ਤਰ੍ਹਾਂ ਉਹ ਮਰੀਜ਼ ਮਰ ਜਾਏਗਾ। ਧਰਮ ਦੀ ਦੁਨੀਆਂ ਵਿੱਚ ਜਿਹੜਾ ਉਪਦੇਸ਼ਕ ਹੈ ਉਹ ਕੀ ਕਰ ਰਿਹਾ ਹੈ? ਸਮਾਂ ਅੱਜ ਦਾ ਚੱਲ ਰਿਹਾ ਹੈ, ਉਪਦੇਸ਼ 1000 ਸਾਲ ਪੁਰਾਣੇ ਢੰਗ ਨਾਲ ਦੇ ਰਿਹਾ। ਸਮੇਂ ਵਿੱਚ, ਵਰਤਾਵ ਵਿੱਚ, ਬਾਜ਼ਾਰ ਵਿੱਚ, ਫੀਲਡ ਵਿੱਚ ਇਹ ਸਮੇਂ ਕੀ ਚੱਲ ਰਿਹਾ ਉਹਦੇ ਨਾਲ ਮਿਲਵਾਂ ਉਪਦੇਸ਼ ਹੈ ਹੀ ਨਹੀਂ। ਉਹਨੇ ਪਿੱਛੇ ਹੀ, ਬਹੁਤ ਪਿੱਛੇ ਜਾ ਰਿਹਾ ਹੈ, ਇਸ ਕਰਕੇ ਦੋਵਾਂ ਦਾ ਤਾਲਮੇਲ ਨਹੀਂ ਬੈਠਦਾ। ਇਹ ਬੜੀ ਮੁਸੀਬਤ ਹੈ ਕਿ ਕਿਸੇ ਧਰਮ ਦੇ ਬੇਸ ਨੂੰ ਵੀ ਬਚਾਉਣਾ ਪਰ ਉਹਦੀ ਵਿਆਖਿਆ ਨਵੀਂ ਕਰਨੀ ਬਹੁਤ ਮੁਸ਼ਕਲ ਹੈ। ਵਿਆਖਿਆ ਨਵੀਂ ਹੋਣੀ ਚਾਹੀਦੀ ਹਰ ਇੱਕ ਧਰਮ ਦੀ, ਅੱਜ ਦੇ ਅਨੁਸਾਰ ਹੋਣੀ ਚਾਹੀਦੀ। ਵਰਤਮਾਨ ਵਿੱਚ ਅਸੀਂ ਸੁਣਾ ਹੀ ਰਹੇ ਹਾਂ ਬਹੁਤ ਕੁਝ, ਤਾਂ ਉਹ ਬੇਸ ਵੀ ਬਚਣਾ ਚਾਹੀਦਾ, ਇਹ ਖਿਆਲ ਰੱਖਣਾ। ਮੇਰੇ ਕਹਿਣ ਦਾ ਇਹ ਭਾਵ ਨਹੀਂ ਕਿ ਗੁਰੂ ਸਾਹਿਬ ਦੇ ਸਮੇਂ ਜਿਹੜੇ ਤਰੀਕੇ ਸਨ ਉਹ ਗਲਤ ਸਨ, ਨਹੀਂ, ਉਹ ਗਲਤ ਨਹੀਂ ਸਨ। ਉਹਨਾਂ ਸਿੱਖਾਂ ਦੇ ਇਤਿਹਾਸ ਵੀ ਵਿੱਚ ਆਉਣੇ ਚਾਹੀਦੇ, ਜੀਵਨ ਵੀ ਆਉਣਾ ਚਾਹੀਦਾ, ਗੁਰੂ ਕਾਲ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਵੀ ਵਿੱਚ ਆਉਣੀਆਂ ਚਾਹੀਦੀਆਂ। ਪਰ ਉਹਦੇ ਨਾਲ ਜਿਹੜਾ ਹਾਣ ਲਾਏ ਹਾਣ, ਉਹ ਉਪਦੇਸ਼ ਅੱਜ ਦੇ ਬੰਦੇ 'ਤੇ ਕੰਮ ਕਰਦਾ ਕਿ ਨਹੀਂ, ਉਹਦੇ ਨਾਲ ਜੋੜਨਾ ਕਿਵੇਂ ਹੈ, ਜੋੜ ਕਿਵੇਂ ਲਾਉਣਾ, ਨਹੀਂ ਤਾਂ ਉਹ ਹਾਲਾਤ ਬਣ ਜਾਏਗੀ ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਹੜਾ ਅਣਜਾਣ ਵੈਦ ਹੈ ਉਹ ਕੀ ਕਰਦਾ। ਬੜੀ ਸੋਹਣੀ ਉਹਨਾਂ ਨੇ ਉਦਾਹਰਣ ਦਿੱਤੀ, ਕਹਿਣ ਲੱਗੇ ਕਾਫਲਾ ਤੁਰਿਆ ਜਾ ਰਿਹਾ ਸੀ, ਆ ਊਂਠਾਂ ਵਾਲੇ ਜਾ ਰਹੇ ਸਨ ਰਾਜਸਥਾਨ ਦੇ, ਅਤੇ ਊਂਠ ਤੁਰਦੇ ਜਾ ਰਹੇ, ਉਹਨਾਂ ਦੀ ਗਰਦਨ ਪਤਾ ਤੁਹਾਨੂੰ ਲੰਬੀ ਹੁੰਦੀ ਹੈ। ਉਹ ਇੱਕ ਊਂਠ ਨੇ ਲੰਘਦਿਆਂ ਲੰਘਦਿਆਂ, ਨਾਲ ਖੇਤ ਸੀ ਕਿਸੇ ਜ਼ਿਮੀਂਦਾਰ ਦਾ, ਉਹਨੇ ਖਰਬੂਜੇ ਬੀਜੇ। ਭਾਈ ਸਾਹਿਬ ਕਹਿੰਦੇ ਨੇ ਉਹਨੇ ਮੂੰਹ ਲੰਮਾ ਕਰਕੇ ਇੱਕ ਖਰਬੂਜਾ ਊਂਠ ਨੇ ਆਪਣੇ ਮੂੰਹ ਵਿੱਚ ਪਾ ਲਿਆ। ਜਦੋਂ ਮੂੰਹ ਵਿੱਚ ਪਾਇਆ ਕਾਲ ਨਾਲ, ਅਤੇ ਦੰਦਾਂ ਥੱਲੇ ਉਹਨੂੰ ਤੋੜਿਆ ਹੈ ਨਹੀਂ, ਉਹ ਕਿਤੇ ਸਿੱਧਾ ਗਲੇ ਵਿੱਚ ਚਲਾ ਗਿਆ ਅਤੇ ਗਲੇ ਵਿੱਚ ਜਾ ਕੇ ਫਸ ਗਿਆ। ਹੁਣ ਸਵਾਸ ਬੰਦ ਹੋ ਗਿਆ। ਉਹ ਕਹਿੰਦੇ ਨੇ ਊਂਠ ਧਰਤੀ 'ਤੇ ਡਿੱਗ ਪਿਆ, ਤੜਫਣ ਲੱਗ ਪਿਆ, ਮਰਨ ਲੱਗ ਪਿਆ। ਲੋਕ ਇਕੱਠੇ ਹੋ ਗਏ, ਇੱਕ ਪੁਰਾਣਾ ਬਜ਼ੁਰਗ ਸੀ, ਉਹਦੇ ਕੋਲ ਤਜਰਬਾ ਸੀ, ਉਹ ਦੌੜਿਆ ਦੌੜਿਆ ਆਇਆ, ਉਹਨੇ ਵੇਖਿਆ ਕੀ ਹੈ, ਗਲੇ ਵਿੱਚ ਉਹ ਦਿਸ ਰਿਹਾ ਸੀ ਵੀ ਫਸਿਆ ਹੋਇਆ, ਉਹਦੀ ਮੌਤ ਨੇੜੇ ਸੀ। ਪਰ ਉਹ ਬੜਾ ਸੁਜਾਨ ਵੈਦ ਸੀ, ਉਹ ਬੜਾ ਤਜਰਬੇਕਾਰ ਆਦਮੀ ਸੀ ਬਜ਼ੁਰਗ। ਉਹਨੇ ਜਲਦੀ ਜਲਦੀ 2 ਵੱਟੇ ਲਏ, 2 ਪੱਥਰ ਲਏ, ਉਸ ਲੰਮੇ ਪਏ ਹੋਏ ਊਂਠ ਜਿਹੜਾ ਧਰਤੀ 'ਤੇ ਡਿੱਗਾ ਹੋਇਆ, ਉਹਦੀ ਗਰਦਨ ਧਰਤੀ 'ਤੇ ਲੱਗੀ ਹੋਈ ਸੀ, ਉਹਨੇ ਇੱਕਦਮ ਇੱਕ ਪੱਥਰ ਉਸ ਗਰਦਨ ਦੇ ਥੱਲੇ ਰੱਖਿਆ ਜਿੱਥੇ ਖਰਬੂਜਾ ਫਸਿਆ ਹੋਇਆ ਸੀ, ਅਤੇ ਦੂਸਰਾ ਪੱਥਰ ਉਸ ਉਹਦੇ ਉੱਪਰ ਮਾਰਿਆ ਜਿੱਥੇ ਉਹ ਕਚਰਾ, ਉਹ ਖਰਬੂਜਾ ਫਸਿਆ ਸੀ, ਉਹ ਟੁੱਟ ਗਿਆ ਪੱਥਰ ਦੀ ਚੋਟ ਨਾਲ, ਅੰਦਰ ਲੰਘ ਗਿਆ, ਸਵਾਸ ਆਉਣਾ ਸ਼ੁਰੂ ਹੋ ਗਿਆ, ਊਂਠ ਬਚ ਗਿਆ।
ਭਾਈ ਸਾਹਿਬ ਕਹਿੰਦੇ ਉੱਥੇ ਇੱਕ ਨੌਜਵਾਨ ਖੜਾ ਸੀ, ਉਹ ਵੀ ਇਸ ਘਟਨਾ ਨੂੰ ਦੇਖਦਾ ਵੀ ਇਸ ਬਜ਼ੁਰਗ ਨੇ ਬੜਾ ਕਮਾਲ ਦਾ ਕ੍ਰਿਸ਼ਮਾ ਦਿਖਾਇਆ, ਬਚਾ ਦਿੱਤਾ ਇਸ ਜਾਨਵਰ ਨੂੰ। ਉਹਨੇ ਵੇਖ ਤਾਂ ਲਿਆ ਵੀ ਇਸ ਤਰ੍ਹਾਂ ਬਚ ਗਿਆ, ਇੱਕ ਪੱਥਰ ਥੱਲੇ ਇੱਕ ਉੱਪਰ ਮਾਰਿਆ, ਉਹ ਕਚਰਾ ਭੱਜ ਗਿਆ, ਬੜੀ ਕਾਹਲੀ ਨਾਲ ਘਰ ਗਿਆ। ਕਹਿੰਦੇ ਉਹਦੀ ਦਾਦੀ ਬਿਮਾਰ ਰਹਿੰਦੀ ਸੀ ਬੜੀ, ਜਾ ਕੇ ਕਹਿੰਦਾ ਜੀ ਅੱਜ ਮੈਂ ਬਹੁਤ ਸੋਹਣਾ ਇਲਾਜ ਸਿੱਖ ਕੇ ਆਇਆ, ਤੁਹਾਡੇ ਸਿਰ ਦੀ ਦਰਦ ਨਹੀਂ ਨਾ ਜਾਂਦੀ। ਉਹਨੇ ਕਿਹਾ ਹਾਂ। ਕਹਿੰਦੇ ਇਹਦਾ ਇੰਨੀਆਂ ਦਵਾਈਆਂ ਖਾਣ ਦੀ ਲੋੜ ਹੀ ਨਹੀਂ, ਅੱਜ ਮੈਂ ਬਾਹਰ ਇੱਕ ਇਲਾਜ ਦੇਖਿਆ। ਉਹਨੇ ਕਿਹਾ ਬੇਟਾ ਦੱਸ, ਇੰਨੇ ਚਿਰ ਦੀ ਦਰਦ ਜਾ ਨਹੀਂ ਰਹੀ। ਉਹਨੇ ਕਿਹਾ ਤੂੰ ਲੇਟ ਜਾ ਜ਼ਮੀਨ 'ਤੇ, ਦੋ ਪੱਥਰ ਲੈ, ਇੱਕ ਉਸ ਦਾਦੀ ਮਾਂ ਦੇ ਸਿਰ ਦੇ ਥੱਲੇ ਰੱਖਿਆ, ਦੂਸਰਾ ਉੱਪਰੋਂ ਮਾਰਿਆ, ਉਹਦਾ ਸੋਹਲਾ ਪੜ ਦਿੱਤਾ। ਕਹਿਣ ਲੱਗਾ ਲੈ ਪਰਤ ਕੇ, ਹੁਣ ਦਰਦ ਨਹੀਂ ਹੋਏਗੀ, ਉਹਦੀ ਮੌਤ ਹੋ ਗਈ। ਇਹ ਕੀ ਹੈ? ਉਦਾਹਰਣ ਹੈ ਸਿਰਫ। ਭਾਈ ਗੁਰਦਾਸ ਜੀ ਕਹਿੰਦੇ ਨੇ ਬੰਦਾ ਕਈ ਵਾਰੀ ਪੜ੍ਹ ਕੇ ਵੇਖ ਕੇ ਕਈਆਂ ਗੱਲਾਂ ਨੂੰ ਸਿੱਖ ਲੈਂਦਾ, ਪਰ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਵਰਤਣਾ ਕਿਹੜੀ ਥਾਂ 'ਤੇ ਹੈ, ਇਹਦੀ ਥਾਂ ਕਿਹੜੀ, ਕਿਹੜੇ ਥਾਂ 'ਤੇ ਇਹਦੀ ਵਰਤੋਂ ਕਰਨੀ। ਧਰਮ ਦਾ ਉਪਦੇਸ਼ ਸੁਣ ਲੈਣਾ, ਪੜ੍ਹ ਲੈਣਾ, ਆਪਣੇ ਆਪ ਕਰਨਾ। ਸੋ ਇੰਨੀਆਂ ਬੇਨਤੀਆਂ, ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।